बिस्मिल्लाहिर्रहमानिर्रहीम। अस्सलाम वालेकुम नाज़रीन, मैं तुहाडा मेज़बान काकश भाई प्रोग्राम हासियां दे भंडारे दे नाल हाजिर खिदमत हाँ। अज असीं एक मालूमाती ते दिलचस्प सवाल लैके आए हैं अपने शहरियों के कोलों जानदे हां, वो किहड़ी चीज़ है वो मोबाइल ते टैलीफोन दे विच, मोबाइल और टैलीफोन दे विच किहड़ा डिफरेंट आ, जिहड़ा जनाब वाली वाज़िया डिफरेंट आ, वो की है वो लोगों के कोलों जानदे हां। साडे नाल कोई शहरी मौजूद आ, असीं इहनां दे कोलों जाणांगे। अस्सलाम वालेकुम जी। वालेकुम सलाम सर, की नाम है तुहाडा? नूर अहमद सराब। नूर भाई, क्या हाल है? ठीक है, खैर खरीयत है? लगा करम ठीक। मोबाइल यूज करते हो? जी। अच्छा, मोबाइल ते टेलीफोन, एक मोबाइल है एक टेलीफोन है, हाँ पीडसीएल, ओदे च एक वाज़िया फर्क है, ओ केड़ा फर्क है? दसो जी केड़ा फर्क। ओ फर्क है, ओ तार ते चलदा है, बगैर तार तो चलदा है। ये तो सारे नु पता है कि वो तार ते चलदा है, बगैर तार तो चलदा है। ठीक है, टेलीफोन भी ऐसा सी, उहदी एक रेंज हुंदी सीगी, ओ जना जी वाकी टाकी सैट उहनू कहा जांदा सी, ओ भी बगैर जनाब वाली तार तो चलदा सीगा, उहदी कोई रेंज हुंदी सीगी। इहदे विच मोबाइल और टेलीफोन दे विच इक वाज़िया फर्क, ओ किहड़ा फर्क आ? इहदे विच जिहड़ा फर्क है, ओह बस गाल ही बराबर करेंदे ने। गाल बराबर करेंदे? तुसीं थोड़ा जिहा दसो ते उहदे विच की की डिफरेंट की है? डिफरेंस बस ही तार ते बगैर तार तो फर्क है। नहीं जी, इन्हां दे कोलों जवाब नहीं मिलिया जी। अस्सलाम वालेकुम जी। राणा साहब तुहाडी अस्सलाम वालेकुम जी। वालेकुम सलाम सर। माशाल्लाह तुहाडी काफ़ी उम्र आ, तुसीं जनाब वाली पुराने बंदे हो, तुसीं साडे सवाल दा जवाब, मोबाइल इस्तेमाल करदे हो? हाँ जी करदे हैं। अच्छा, मोबाइल ते टेलीफोन दे विच की फर्क आ? फर्क तो वाह, मोबाइल विच खर्चा ज़्यादा, टेलीफोन ते खर्चा घट है। नहीं, उहदे इस्तेमाल दा एक फर्क आ, वाज़िया फर्क। हाँ जी हाँ जी। की आ? ਉਹ ਜੇਬ 'ਚ ਰਹਿੰਦਾ ਹਰ ਵੇਲੇ। ਨਹੀਂ, ਉਸ ਤੋਂ ਇਲਾਵਾ ਵੀ? ਉਸ ਤੋਂ ਇਲਾਵਾ ਹੋਰ? ਇਹ ਤਾਂ ਆਮ ਗੱਲਾਂ ਨਾ, ਜੇਬ 'ਚ ਵੀ ਰਹਿੰਦਾ ਆ, ਉਹਨੂੰ ਤਾਰ ਲੱਗਦੀ, ਇਹ ਤਾਂ ਆਮ ਗੱਲਾਂ ਨਾ। ਜਿਹੜੀ ਅਸਲ ਗੱਲ ਉਹ ਦੱਸੋ, ਇਹਦੇ 'ਚ ਕੀ ਵਾਜ਼ਿਆ ਫਰਕ ਕੀ ਹੈ? ਵਾਜ਼ਿਆ ਹੁਣ ਅਸੀਂ ਤੈਨੂੰ ਕੀ ਫਰਕ ਦੱਸੀਏ, ਤੇ ਕੰਪਨੀਆਂ ਨੂੰ ਪੁੱਛਣਾ, ਬਾਕੀ ਇਹ ਕਹੋ ਮਹਿੰਗਾਈ ਘੱਟ ਕਰਾਓ, ਇਹਨਾਂ ਨੂੰ ਕਹਿ ਤੂੰ ਪਰਸੋਂ ਤੁਹਾਡੀ। ਨਹੀਂ, ਮਹਿੰਗਾਈ ਦੇ ਉੱਤੇ ਤਾਂ ਹੋਰ ਆਇਆ, ਇਹ ਮਜ਼ਾਹੀਆ ਪ੍ਰੋਗਰਾਮ ਆ, ਮਹਿੰਗਾਈ ਨੂੰ ਤੁਸੀਂ ਛੱਡ ਦਿਓ, ਮਹਿੰਗਾਈ ਹੋਣੀ ਹੋਣੀ ਆ। ਅੱਛਾ, ਤੁਸੀਂ ਇਹ ਦੱਸੋ, ਤੁਸੀਂ ਮਹਿੰਗਾਈ ਤੋਂ ਹਟ ਕੇ ਜਿਹੜਾ ਤੁਹਾਡੇ ਕੋਲ ਮੋਬਾਈਲ ਆ, ਉਹਨੂੰ ਤੁਸੀਂ ਕਿਵੇਂ ਇਸਤੇਮਾਲ ਕਰਦੇ ਹੋ? ਟੈਲੀਫੋਨ ਤੇ ਉਹਦੇ 'ਚ ਕੀ ਫਰਕ ਆ, ਤੁਸੀਂ ਇਹ ਨਹੀਂ ਹੁਣ ਤੱਕ ਦੱਸਿਆ? ਇਹ ਤਾਂ ਸਾਨੂੰ ਫਰਕ ਬਾਜੇ ਪਤਾ ਹੀ ਨਹੀਂ, ਅਸੀਂ ਕੀ ਦੱਸੀਏ ਤੁਹਾਨੂੰ ਫਰਕ ਜੀ? ਇਹਨਾਂ ਨੂੰ ਨਹੀਂ ਪਤਾ ਜੀ, ਇੱਧਰ ਸਾਡੇ ਨਾਲ ਹੋਰ ਵੀ ਕੋਈ ਸ਼ਹਿਰੀ ਮੌਜੂਦ ਆ, ਅਸੀਂ ਉਹਨਾਂ ਦੇ ਕੋਲੋਂ ਜਾਣਦੇ ਆ। ਅਸਲਾਮ ਅਲੈਕਮ ਸਰ। ਵਾਲੇਕਮ ਸਲਾਮ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਰ ਹੈ। ਅਮਰ 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 ਦੋ ਰਲ ਗਏ, ਦੇਖੋ ਅੱਜ ਕੰਮ ਸਿੱਧਾ ਹੀ ਹੋਏਗਾ। ਅੱਛਾ ਅਮਰ ਸਾਹਿਬ, ਮੋਬਾਈਲ, ਇੱਕ ਮੋਬਾਈਲ ਹੈ ਨਾ ਤੇ ਇੱਕ ਟੈਲੀਫੋਨ ਹੈ ਪੀਟੀਸੀਐਲ, ਉਹਦੇ ਦੇ ਵਿੱਚ ਤੇ ਮੋਬਾਈਲ ਦੇ ਵਿੱਚ ਕੀ ਫਰਕ ਹੈ? ਇੱਕ ਵਾਜ਼ਿਆ ਫਰਕ ਐਸਾ ਆ ਜਿਹੜਾ ਜਨਾਬ ਅਲੀ ਕਿਸੇ ਨੂੰ ਬਹੁਤ ਘੱਟ ਪਤਾ ਹੈ, ਤਾਰ ਵੀ ਉਹਦੇ ਨਾਲ ਹੁੰਦੀ ਆ, ਉਹ ਇਹ ਫਰਕ ਨਹੀਂ ਹੈ ਜੀ? ਕਹਿੰਦੇ ਮੋਬਾਈਲ ਜੇਬ 'ਚ ਪੈ ਜਾਂਦਾ, ਲੇਕਿਨ ਇਹ ਵੀ ਫਰਕ ਨਹੀਂ ਹੈ, ਉਹਦੇ 'ਚ ਇੱਕ ਬੜਾ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ? ਇਹ ਮੇਰੇ ਹਿਸਾਬ ਨਾਲ ਤੇ ਤਾਰ ਦਾ ਤੇ ਇਹਦਾ ਬਗੈਰ ਤਾਰ ਦਾ ਫਰਕ ਹੈ। ਨਹੀਂ ਸਰ, ਇਸ ਤੋਂ ਇਲਾਵਾ ਵੀ ਫਰਕ ਆ? ਹਾਂ, ਤਾਰ ਦਾ ਤੇ ਬਗੈਰ ਤਾਰ ਦੇ ਫਰਕ ਹੈ ਜੀ। ਤਾਰ ਤੇ ਬਗੈਰ ਤਾਰ ਵਾਲਾ ਫਰਕ ਨਹੀਂ। ਨਾਜ਼ਰੀਨ, ਤੁਹਾਨੂੰ ਅਸੀਂ ਦੱਸਦੇ ਜਾਵਾਂਗੇ, ਇਹ ਇੰਤਹਾਈ ਸਨਸਨੀਖੇਜ਼ ਸਵਾਲ ਹੈ, ਇਹਦੇ ਅਸੀਂ ਤੁਹਾਨੂੰ ਦਿਲਚਸਪੀ ਦੇ ਵਿੱਚ ਇਹਦਾ ਜਵਾਬ ਵੀ ਦੇਵਾਂਗੇ, ਔਰ ਇੱਕ ਇੰਤਹਾਈ ਦਿਲਚਸਪ ਸਵਾਲ ਹੈ। ਦੇਖਦੇ ਹਾਂ, ਮਜ਼ੀਦ ਸ਼ਹਿਰੀ ਸਾਡੇ ਨਾਲ ਮੌਜੂਦ ਆ, ਉਹਨਾਂ ਦੇ ਕੋਲੋਂ ਵੀ ਜਾਣਦੇ ਹਾਂ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਕੀ ਨਾਮ ਜੀ? ਮਾਮਾ ਜੀ ਇਫਤਖਾਰ। ਇਫਤਖਾਰ ਬਾਈ, ਕੀ ਕਰਦੇ ਹੋ? ਸਿਲਾਈ ਦਾ ਕੰਮ ਕਰਦੇ ਹਾਂ। ਹਾਂਜੀ, ਸਿਲਾਈ ਦਾ ਕੰਮ ਦਰਜੀ ਦਰਜੀ ਲਓ, ਸੂਈ ਚ ਧਾਗਾ ਪਾ ਲੈਣਾ। ਹਾਂਜੀ ਪਾ ਲੈਣਾ। ਬਾ ਫਿਰ ਠੀਕ ਆ, ਫਿਰ ਤਾਂ ਤੂੰ ਬੰਦਾ ਠੀਕ ਆ, ਤੂੰ ਸਵਾਲ ਦਾ ਜਵਾਬ ਵੀ ਦੇਂਗਾ। ਸਵਾਲ ਹੈਗਾ ਇਹ ਕਿ ਉਹ ਕਿਹੜੀ ਚੀਜ਼ ਆ, ਮਤਲਬ ਮੋਬਾਈਲ ਆ ਨਾ, ਮੋਬਾਈਲ ਤੇ ਟੈਲੀਫੋਨ ਦੇ ਵਿੱਚ ਇੱਕ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ ਤੁਸੀਂ ਦੱਸੋ ਜ਼ਰਾ। ਟੈਲੀਫੋਨ ਦੇ ਵਿੱਚ ਤੁਸੀਂ ਤਾਰ ਬੰਦੀ ਹੈ ਸਿਮ, ਤਾਰ ਵਾਲਾ ਵੀ ਹੋ ਗਿਆ ਤਾਰ, ਇਹ ਫਰਕ ਇਹ ਸਾਰਿਆਂ ਨੂੰ ਪਤਾ ਹੈ, ਤੁਸੀਂ ਕਿਸੇ ਆਮ ਬੰਦੇ ਤੋਂ ਵੀ ਪੁੱਛ ਲਓ, ਉਹਨੂੰ ਵੀ ਪਤਾ ਆ, ਲੇਕਿਨ ਇਹਦੇ ਵਿੱਚ ਇੱਕ ਬਹੁਤ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ? ਮੋਬਾਈਲ ਦੇ ਸਕਰੀਨ ਆ, ਸਕਰੀਨ ਦਾ ਫਰਕ ਆ? ਨਹੀਂ, ਇਸ ਤੋਂ ਹਟ ਕੇ ਵੀ ਫਰਕ ਆ, ਉਹਨੂੰ ਚਲਾਉਣ ਦਾ ਵੀ ਫਰਕ ਆ? ਮੋਬਾਈਲ ਸਿਮ ਪੈਂਦੀ ਆ, ਸਿਮ ਨਹੀਂ ਪੈਂਦੀ? ਨਹੀਂ, ਇਹ ਵੀ ਨਹੀਂ ਫਰਕ। ਕੋਈ ਪਤਾ ਨਹੀਂ, ਲਾਓ ਕੋ ਟੋਟਕਾ ਟੇਵਾ ਲਾਓ। ਨਹੀਂ ਕੋਈ ਨਹੀਂ, ਨਹੀਂ ਕੋਈ ਨਹੀਂ ਜੀ, ਇਹਨਾਂ ਨੂੰ ਵੀ ਨਾਜ਼ਰੀਨ ਨਹੀਂ ਪਤਾ ਲੱਗਾ। ਨਾਜ਼ਰੀਨ, ਅਸੀਂ ਇੱਥੇ ਸਾਡੇ ਨਾਲ ਹੋਰ ਵੀ ਸ਼ਹਿਰੀ ਮੌਜੂਦ ਨੇ, ਅਸੀਂ ਇਹਨਾਂ ਦੇ ਕੋਲੋਂ ਜਾਣਦੇ ਹਾਂ ਜੀ। ਅਸਲਾਮ ਅਲੈਕਮ ਸਰ। ਅਸਲਾਮ। ਕੀ ਹਾਲ ਨੇ ਜੀ? ਅਲਹਮਦੁਲਿਲਾ ਸਰ। ਕੀ ਨਾਮ ਹੈ ਜੀ? ਸਫਦਰ ਬਾਸ। ਸਫਦਰ ਭਾਈ, ਅਸੀਂ ਤੁਹਾਡੇ ਤੋਂ ਇੱਕ ਸਵਾਲ ਕਰਦੇ ਪਏ ਹਾਂ, ਸਾਨੂੰ ਉਹ ਸਵਾਲ ਦਾ ਜਵਾਬ ਤੁਸੀਂ ਦਿਓਗੇ, ਤੁਹਾਨੂੰ 500 ਦਾ ਨੋਟ ਇਨਾਮ ਵੀ ਦੇਵਾਂਗੇ। ਸਵਾਲ ਹੈਗਾ ਇਹ ਕਿ ਮੋਬਾਈਲ ਔਰ ਟੈਲੀਫੋਨ ਦੇ ਵਿੱਚ ਇੱਕ ਬਹੁਤ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ? ਨਹੀਂ ਸਮਝ ਆ ਰਿਹਾ। ਮੋਬਾਈਲ ਔਰ ਟੈਲੀਫੋਨ, ਪੀਟੀਸੀਐਲ ਟੈਲੀਫੋਨ। ਹਾਂ, ਨਹੀਂ ਸਮਝ ਆ ਰਿਹਾ। ਨਹੀਂ ਜੀ, ਇਹਨਾਂ ਨੂੰ ਵੀ ਨਹੀਂ ਪਤਾ, ਨਾਜ਼ਰੀਨ ਸਾਡੇ ਜਿਹੜਾ ਹੈ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜਾ ਹੈ ਉਹ ਸਵਾਲ ਦਾ ਜਵਾਬ ਨਹੀਂ ਆ ਰਿਹਾ। ਸਾਡੇ ਨਾਲ ਮਜ਼ੀਦ ਇੱਥੇ ਇੱਕ ਦੋਸਤ ਮੌਜੂਦ ਨੇ,
शहरी मौजूद ने असं इन्हों को भी जानते हैं जी। सलाम अलैकुम भाई जान, इधर जरा उतर के आ जाओ थले मोटरसाइकिल तो जरा 125 असं भी लैना है अगले महीने सोचा है। सलाम अलैकुम जी। वालेकुम सलाम। की नाम है जी तुहाडा? कालू नाम। हाँ जी कालू। कालू कालू ना जी। अच्छा ना असल की असल ना? कालू ना यार। कालू है ना। अच्छा कालू की करदा अजकल? ਸਾਈਕਲ ਮੋਟਰਾਂ ਦਾ ਕੰਮ ਕਰਦਾ। ਸਾਈਕਲ ਮੋਟਰਾਂ ਦਾ ਕੰਮ ਕਰਦਾ, ਮੋਟਰਸਾਈਕਲਾਂ ਦਾ ਕੰਮ ਨਹੀਂ ਤੂੰ ਕਰਦਾ? ਆਹੋ ਤੂੰ ਸਾਈਕਲ ਮੋਟਰਾਂ ਦਾ ਕੰਮ ਕਰਦਾ। ਅੱਛਾ ਜੀ ਨਾਜ਼ਰੀਨ, ਇਹਨਾਂ ਦੇ ਕੋਲੋਂ ਵੀ ਅਸੀਂ ਪੁੱਛਦੇ ਹਾਂ ਉਹ ਕਿਹੜੀ ਚੀਜ਼ ਆ? ਮੋਬਾਈਲ ਆ ਨਾ, ਮੋਬਾਈਲ ਅਤੇ PTCL ਟੈਲੀਫੋਨ ਦੇ ਵਿੱਚ ਇੱਕ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ? ਤਾਰ ਵਾਲਾ ਨਹੀਂ, ਮੋਬਾਈਲ ਜੇਬ 'ਚ ਪੈਂਦਾ ਇਹ ਵੀ ਨਹੀਂ, ਇਸ ਤੋਂ ਇਲਾਵਾ ਇੱਕ ਬਹੁਤ ਬੜਾ ਫਰਕ ਆ। ਅਗਰ ਤੁਸੀਂ ਇਨਾਮ ਦਿਓਗੇ ਕਾਲੂ ਖਾਨ, ਹਮ ਆਪਕੋ ਦੇਂਗੇ 500 ਕਾ ਨੋਟ ਇਨਾਮ, ਨਹੀਂ ਤਾਂ ਤੇਰੇ ਤੋਂ 200 ਲੈ ਲੈਣਾ ਮੈਂ। ਮੁਝੇ ਨਹੀਂ ਮਾਲੂਮ ਯਾਰ। ਫਿਰ 200 ਦੇ ਦੇ। नाजरीन असि इतने एक ब्रेक लेने, ब्रेक तो बाद मेजबान काकश भाई दोबारा हाजिर खिदमत होगा। नाजरीन इतने एक वक्फा लेने। हाजर खिदमत है ते ए भाई हुणा ते कोलो पहले भी सवाल दा जवाब पुछया, कहंदे जी मैं हुण सवाल दा जवाब देवांगा, अगर इहनां नूं सवाल दा जवाब ना आया मैनूं 200 रुपया दे के जाणगे, नहीं तां मैं इत्थों 500 लै जाणगे। खबरां विच वी आएगा 200 रुपया लैंगा? हाँ बिल्कुल आएगा, क्यों नहीं आएगा, इह कड़ी गल आ। अच्छा जी एक मिनट, तुहाडे तों सवाल पुछया गया सी कि टैलीफोन और मोबाइल दे विच किहड़ा फर्क है, कि उहदा वाज़िया फर्क जिहड़ा है उह तुसीं दस्सोगे उह की है? इहनूं हथ नहीं लाउणा। टैलीफोन दे विच जिहड़ा फर्क है ते मोबाइल दे विच, मोबाइल दे विच ऑनलाइन बंदा सामने आता है, लेकिन PTCL दा नहीं आ सकता। सर ये तो सारे नूं पता है, ये तो मैनू भी पता, तुहानू भी पता, ये तो हर बंदे नूं, तुसीं आम बंदा इत्थे हुणे आपां इक चाचे नूं पुछ लैणे उहनूं भी पता, इस तों हट के फर्क आ। इस तों हट के तूं मैं कोई जवाब दे चाह, मैं तैनूं बस नहीं, मैं तैनूं जवाब दे दिंदा ते फिर तूं मैनूं की करेगा? ਤੇ ਕੋ ਰੋਟੀ ਖਵਾ ਦੇਣਾ। ਰੋਟੀ ਨਹੀਂ ਖਾਣੀ, ਰੋਟੀ ਨਹੀਂ ਖਾਣੀ। ਦੇਖੋ ਗੱਲ ਇਹ ਆ, ਸਾਡੇ ਪ੍ਰੋਗਰਾਮ ਤੁਸੀਂ ਦੇਖੋਗੇ ਐਂਡ ਤੱਕ, ਠੀਕ ਹੈ ਨਾ, ਉਹਦੇ ਲਈ ਤੁਹਾਨੂੰ ਰਾਣਾ ਸਾਹਿਬ ਜਵਾਬ ਦੇਣਗੇ, ਕਿਉਂਕਿ ਮੈਂ ਜਵਾਬ ਨਹੀਂ ਦੇਵਾਂਗਾ ਜੀ। ਅਸਲਾਮ ਅਲੈਕਮ ਸਰ। ਹਾਂਜੀ ਹਾਂਜੀ, ਨਹੀਂ ਸਲਾਮ ਅਲੈਕਮ ਦਾ ਜਵਾਬ ਆ, ਵਾਲੇਕਮ ਸਲਾਮ ਜੀ। ਹਾਂਜੀ ਵਾਲੇਕਮ ਸਲਾਮ। ਅੱਛਾ ਜਨਾਬ ਇਹ ਦੱਸੋ ਉਹ ਕਿਹੜੀ ਚੀਜ਼ ਆ? ਮਤਲਬ ਟੈਲੀਫੋਨ ਤਾਂ ਅਸੀਂ ਰੋਜ਼ ਇਸਤੇਮਾਲ ਕਰਦੇ ਹਾਂ ਨਾ, PTCL ਵੀ ਇਸਤੇਮਾਲ ਕਰਕੇ ਦੇਖਿਆ ਹੋਣਾ, ਤੁਸੀਂ ਮੋਬਾਈਲ ਵੀ ਇਸਤੇਮਾਲ ਕਰਕੇ ਦੇਖਿਆ ਹੋਣਾ, ਇਹਦੇ ਵਿੱਚ ਦੋ ਵਾਜ਼ਿਆ, ਇੱਕ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ ਕਿ ਜਨਾਬ ਪਹਿਲੀ ਮੋਬਾਈਲ ਅਤੇ ਉਹ ਟੈਲੀਫੋਨ ਦਾ ਜਨਾਬ ਪਹਿਲੀ ਫਰਕ ਹੈਗਾ ਆ? ਇੱਕ ਤਾਰ ਵਾਲਾ ਨਹੀਂ ਹੈ, ਰਿਸੀਵਰ ਚੁੱਕ ਕੇ ਫੋਨ ਕਰਨਾ, ਮੂਵੀਆਂ ਵਾਲਾ ਵੀ ਨਹੀਂ ਹੈ, ਉਹ ਕਿਹੜਾ ਫਰਕ ਆ ਜਿਹੜਾ ਜਨਾਬ ਪਹਿਲੀ ਵਾਜ਼ਿਆ ਰਿਸੀਵਰ ਦਾ? ਨਹੀਂ ਨਹੀਂ ਉਹ ਤਾਂ ਹੈ ਹੀ ਆ, ਉਹ ਤਾਂ ਸਾਰਿਆਂ ਨੂੰ ਪਤਾ, ਤਾਂ ਹੁਣ ਮੁੰਡੇ ਨੂੰ ਪੁੱਛ ਲਓ ਵੀ ਦੱਸ ਉਹ ਸੈੱਟ ਤੇ ਉਹਦੇ ਗੱਲ ਕਰਦੇ ਇਹ ਦੂਸਰਾ ਸੈੱਟ? ਨਹੀਂ ਨਾ 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 ਨਾ, ਇਵੇਂ ਨਹੀਂ, ਸਹੀ 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 ਦੱਸ, ਪੜ੍ਹਿਆ ਕਿ ਨਹੀਂ? ਸਹੀ ਸਹੀ ਦੱਸ ਰਹੇ ਯਾਰ, ਪੜ੍ਹੇ ਅਸੀਂ ਇੰਨੇ ਹੀ ਆ ਬਸ, ਇੰਨੀ ਪੜ੍ਹੇ ਅਸੀਂ, ਦੱਸ ਪੜ੍ਹੇ ਯਾਰ, ਦੱਸ ਪੜ੍ਹੇ, ਦੱਸ ਪੜ੍ਹੇ ਤਾਂ ਹੁੰਦਾ, ਮੋਬਾਈਲ ਇਸਤੇਮਾਲ ਕਰਦੇ ਹੋ? ਕਰਦੇ ਹਾਂ ਅਸੀਂ, ਸਾਰੇ ਕਰਦੇ ਹਾਂ। ਤੇ ਫਿਰ ਤੁਹਾਨੂੰ ਪਤਾ ਕਿਉਂ ਨਹੀਂ? ਪਤਾ ਵਿੱਚ ਉਹ ਟੱਚ ਆ, ਉਹ ਦੂਸਰਾ ਬਸ, ਟੱਚ ਨਾਲ ਵੀ ਕੰਮ ਕਰ ਲਈਦਾ, ਬਟਨ ਨਾਲ ਵੀ ਕਰ ਲਈਦਾ, ਵਹੀ ਹੈ ਫਰਕ ਉਹਦੇ 'ਚ। ਨਾਜ਼ਰੀਨ ਇੱਥੇ ਭਾਈ ਨੂਰ ਮੁਹੰਮਦ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਕਿਹਾ ਜਵਾਬ ਦੇ ਅਤੇ ਤੈਨੂੰ ਰੋਟੀ ਖਵਾਉਣਾ, ਮੈਨੂੰ ਤੂੰ ਜਵਾਬ ਦੇ, ਮੈਂ ਤੈਨੂੰ ਬੱਕਰਾ ਦੇ ਨਾਲ ਰੋਟੀ ਮੈਂ ਤੈਨੂੰ ਖਵਾਉਣਾ।
तू जवाब था को डाल था को रोटी खवाने अच्छा देखो मच्छी भी नाल खवाए मच्छी मैं डबल खवाए ना नाजरी ने ते सवाल दा जवाब किसे नहीं आ रहा इथे एक साडे नाल होर शहरी मौजूद आ सी इहदे कोलो जानदे आ सलाम अलैकुम भाई जान इधर उरे आ जा की हाल है अल्लाह दा शुक्र पढ़दा जी किनवी च सेकंड ईयर च पीटीसीएल टेलीफोन देखया जी अच्छा ते मोबाइल देखया जी अच्छा ये पीटीसीएल ते मोबाइल दे विच एक वाजिया फर्क आ ओ मसलन मोबाइल और टेलीफोन दे विच एक बहुत बड़ा वाजिया फर्क आ ओ की है अच्छा एक तो रिसीवर वाला नहीं हैगा भाई जन अगे हूं साइड ते एक तो रिसीवर वाला नहीं हैगा दूसरा ओदे विच जनाब जी तार लगी ओ भी नहीं है मोबाइल जेब च पैंदा ए भी नहीं है ओ वाजिया फर्क केड़ा है जेड़ा जनाब जी मोबाइल ते टेलीफोन दे विच एलसीडी दा नहीं एलसीडी दा भी नहीं लेकिन गल वाजिया फर्क है जे तुहानू पता लग गया तो फिर चार्ज ही नहीं हुंदा चार्ज हो जाता है मोबाइल चार्ज हुंदा है नहीं सर ये भी नहीं ये तो आम गल है सलाम अलैकुम जी की हाल है जी ठीक ठाक की नाम है तुहाडा मेरा नाम शुएब अख्तर शुएब अख्तर क्रिकेटर तो नहीं जी हां भेस बदल के आ गया ओही अच्छा ये दस तेरे ना पर टीवी ते बड़ी भैड़ी हुई है नहीं दब दिता था के हाले भैड़ी सर नाल हुई है अच्छा ये दब दिता है यानी के ठोक के दबा दिता है जी हां पाकिस्तान दा मंडी खड़ा है मंडी खड़ा है किसको मंडी खड़ा है इंडिया को अच्छा एक सवाल दा जवाब दे मोबाइल इस्तेमाल करदा जी हां पीटीसीएल फोन कभी इस्तेमाल कीता जी पीटीसीएल फोन कभी इस्तेमाल कीता नहीं पीटीसीएल इस्तेमाल नहीं कीता नहीं वैसे देखा है हां देखा है अच्छा देखा है यानी देखा है तुमने तुमको हम एक सवाल करेगा उसका हम तुम हमको जवाब देगा हम तुमको 500 रुपए देगा ठीक है टेलीफोन ते मोबाइल च की फर्क है एक ऐसा फर्क है कि वाजिया फर्क है हर बंदे नु नहीं वो पता है ना वो तार वाला फर्क है ना वो जनाब वाली चार्जिंग वाला फर्क है ना स्क्रीन वाला फर्क है ना कोई शायद ओदे विच एक बहुत वाजिया फर्क है वो केड़ा फर्क है टेलीफोन पहली गल है वीडियो नहीं करा सकता दूसरी गल है वो चार्जिंग नहीं करेगा अपना बैटरी नहीं रख सकता अपने को सर ये तो सर सारे नु पता है ਜਿਹੜਾ ਅਸੀਂ ਸਵਾਲ ਕਰਦੇ ਅਗਰ ਤੁਹਾਨੂੰ ਪਤਾ ਲੱਗ ਗਿਆ ਫਿਰ ਸਾਡੇ ਸਵਾਲ ਕਰਨ ਦਾ ਫਾਇਦਾ ਹੀ ਨਹੀਂ ਨਾਜ਼ਰੀਨ ਤੂੰ ਸਾਡਾ ਸੋਚੇਗਾ ਅਸਾਂ ਤਾਂ ਡਿਸੈਸੂ ਪ੍ਰੋਗਰਾਮ ਦੇ ਐਂਡ ਤੇ ਡਿਸੈਸੂ ਨਹੀਂ ਮਤਲਬ ਤੇ ਇਹ ਵੀਡੀਓ ਕਾਲ ਨਹੀਂ ਕਰਾ ਸਕਦਾ ਟੈਲੀਫੋਨ ਟੈਚ ਵੀਡੀਓ ਕਾਲ ਕਰਾ ਸਕਦਾ ਹਰ ਜਗ੍ਹਾ ਨਹੀਂ ਸਰ ਉਹ ਵਾਜ਼ਿਆ ਫਰਕ ਆ ਉਹ ਫਰਕ ਅਗਰ ਨਾ ਹੋਵੇ ਤਾਂ ਅਸੀਂ ਜਨਾਬ ਅਲੀ ਇਹ ਤੇ 5000 ਦੇ ਕੇ ਜਾਵਾਂਗੇ ਅਗਰ ਸਾਡੇ ਜਵਾਬ ਦੇ ਵਿੱਚ ਤੁਹਾਨੂੰ ਜਨਾਬ ਅਲੀ ਮਜ਼ਾ ਨਾ ਆਵੇ ਫਿਰ ਅਸੀਂ ਦੇ ਕੇ ਜਾਵਾਂਗੇ ਹੋਰ ਅਸਾਂ ਤੁਹਾਨੂੰ ਮੱਛੀ ਖਵਾ ਰਹੇ ਹਾਂ ਦੱਸ ਰਿਹਾ ਮੱਛੀ ਬੱਲੇ 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 ਅੱਛਾ ਗੱਲ ਇਹ ਮੈਂ ਤੈਨੂੰ ਮੱਛੀ ਦੇ ਨਾਲ ਦੋ ਮੱਛੀਆਂ ਹੋਰ ਲੈ ਕੇ ਦੇਵਾਂਗਾ ਠੀਕ ਹੈ ਨਾ ਤੂੰ ਮੈਨੂੰ ਸਿਰਫ ਇਹ ਦੱਸ ਦੇ ਵੀ ਉਹ ਕੀ ਫਰਕ ਆ ਨਹੀਂ ਇਹ ਤਾਂ ਤੁਸਾਂ ਦੱਸਣਾ ਹੁਣ ਫਰਕ ਅਸ ਤੂੰ ਆਪ ਦੱਸ ਰਹੀ ਤੇ ਜਿਹੜਾ ਆਈ ਦੋ ਫਰਕਾਂ ਨੂੰ ਦੱਸ ਰਹੀ ਤੈਨ ਨਹੀਂ ਇਹ ਤਾਂ ਸਿਆਸੀ ਜਵਾਬ ਦਿੱਤਾ ਤੂੰ ਇਹੋ ਕੁਝ ਹੈ ਠੀਕ ਹੈ ਜੀ ਇਹਨਾਂ ਨੂੰ ਨਹੀਂ ਆਂਦਾ ਜੀ ਨਾਜ਼ਰੀਨ ਸਵਾਲ ਦਾ ਜਵਾਬ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਸੀ ਉਹਨਾਂ ਦੇ ਕੋਲੋਂ ਜਾਣਾਂਗੇ ਉਹ ਕੀ ਕਹਿੰਦੇ ਆ ਜੀ ਅਸਲਾਮ ਅਲੈਕਮ ਸਰ ਅਸਲਾਮ ਸਰ ਕੀ ਹਾਲ ਹੈ ਅੱਲਾ ਦਾ ਕਰਮ ਠੀਕ ਠਾਕ ਕੀ ਕਰਦੇ ਹੋ ਜੀ ਮੈਂ ਮੋਟਰਸਾਈਕਲਾਂ ਦਾ ਕੰਮ ਅੱਛਾ ਯਾਨੀ ਸਾਈਕਲ ਮੋਟਰਾਂ ਦਾ ਕੰਮ ਕਰਦੇ ਹੋ ਜੀ ਅੱਛਾ ਸਰ ਤੁਹਾਡੇ ਕੋਲ ਇੱਕ ਸਵਾਲ ਪੁੱਛੀ ਉਹਦਾ ਜਵਾਬ ਦੋਗੇ ਆਇਆ ਤਾਂ ਜ਼ਰੂਰ ਦੇਵਾਂਗੇ ਨਹੀਂ ਕੋਸ਼ਿਸ਼ ਤਾਂ ਕਰੋਗੇ ਨਾ ਕੋਸ਼ਿਸ਼ ਕਰਾਂਗੇ ਅੱਛਾ ਮੋਬਾਈਲ ਤੇ ਟੈਲੀਫੋਨ ਦੇ ਵਿੱਚ ਇੱਕ ਬਹੁਤ ਬੜਾ ਵਾਜ਼ਿਆ ਫਰਕ ਉਹ ਕਿਹੜਾ ਫਰਕ ਆ ਪਤਾ ਨਹੀਂ ਨਾਜ਼ਰੀਨ ਬਿਲਕੁਲ ਹੀ ਸੌਖਾ ਜਿਹਾ ਜਵਾਬ ਮੈਂ ਕਹਾਂ ਜੀ ਪਤਾ ਹੀ ਨਹੀਂ ਕੀ ਕਰਦੇ ਹੋ ਬਾਜੀ ਦੇ 버ਗਰ ਲਾਨੇ ਬਰੀਆਨੀ ਸਵਾਰਮਾ ਅੱਛਾ ਸਰ ਅਸੀਂ ਤੁਹਾਡੇ ਕੋਲ ਇੱਕ ਸਵਾਲ ਪੁੱਛੇ ਪੜੇ ਕਿੰਨਾ ਤੁਸੀਂ ਪੜੇ ਤਾਂ ਮੈਂ ਮਿਡਲ ਹਾਂ ਅੱਛਾ ਮਿਡਲ ਪੜੇ ਹੋ ਤੇ ਮੋਬਾਈਲ ਇਸ ਚਲਾ ਲੈਂਦੇ ਹੋ ਤੇ ਆਪਣਾ ਕਦੀ ਉਹ ਪੀਟੀਸੀਐਲ ਫੋਨ ਵੇਖਿਆ ਪੀਟੀਸੀਐਲ ਦੇਖਿਆ ਅੱਛਾ ਪੀਟੀਸੀਐਲ ਤੇ ਮੋਬਾਈਲ ਦੇ ਵਿੱਚ ਕੀ ਫਰਕ ਹੈ ਇੱਕ ਵਾਜ਼ਿਆ ਫਰਕ ਉਹ ਕਿਹੜਾ ਫਰਕ ਉਹ ਮੋਬਾਈਲ ਜਲਦਾ ਵਾ ਸ਼ਵਾਵਾਂ ਨਾਲ ਉਹ ਪੀਟੀਸੀਐਲ ਤਾਰ ਲੱਗੀ ਹੈ ਤਾਂ ਜੇ ਵੀ ਚੁੰਦਾ ਵਾ ਤਾਂ ਸ਼ਵਾਵਾਂ ਦਾ ਕੋਈ ਉਹਦਾ ਫਰਕ ਆ ਨਹੀਂ ਸਰ ਇਹ ਤਾਂ ਸਾਰਿਆਂ ਨੂੰ ਪਤਾ ਹੈ ਨਾ ਅਸੀਂ ਜਿਹੜਾ ਪੁੱਛ ਰਹੇ ਹਾਂ ਉਹ ਕਿਸੇ ਨੂੰ ਨਹੀਂ ਪਤਾ ਬਸ ਆਨੇ ਵੀ ਪਤਾ ਚਾਹ ਨਹੀਂ ਪਤਾ ਅੱਛਾ ਨਾਜ਼ਰੀਨ ਇੱਥੇ ਸਿਆਣੇ ਬੰਦੇ ਵੀ ਬੈਠੇ ਆ ਸੀ ਉਹਨਾਂ ਦੇ ਕੋਲ ਵੀ ਜਾਵਾਂਗੇ ਇਹ ਤੇ ਚੱਲਦਾ ਰਹਿਣ ਦੇ
ਨਾਜ਼ਰੀਨ ਅਸੀਂ ਇੱਥੇ ਬੈਠੇ ਆ, ਸਾਡੇ ਕੋਲ ਬਜ਼ੁਰਗ ਬੈਠੇ ਆ, ਇਹਨਾਂ ਦਾ ਕਾਫੀ ਜ਼ਿਆਦਾ ਜਨਾਬਾਂ ਲਈ ਇਹਦੇ ਵਿੱਚ ਹੈ ਕਿ ਇਹਨਾਂ ਨੇ ਇੱਕ ਜ਼ਿੰਦਗੀ ਦਾ ਹਿੱਸਾ ਗੁਜ਼ਾਰਿਆ। ਇਹਨਾਂ ਦੇ ਕੋਲੋਂ ਜਾਣਾਂਗੇ ਕਿ ਉਹ ਕਿਹੜੀ ਚੀਜ਼ ਹੈ, ਫਰਕ ਹੈ, ਕਿਹੜਾ ਫਰਕ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਅੰਕਲ ਜੀ, ਕੀ ਹਾਲ ਨੇ? ਠੀਕ ਹੈ ਸਰ ਜੀ। ਅੰਕਲ ਜੀ ਮਾਸ਼ਾਅੱਲਾ ਤੁਹਾਡੀ ਕਾਫੀ ਏਜ ਆ, ਬਜ਼ੁਰਗ ਹੋ ਤੁਸੀਂ, ਤੇ ਤੁਸੀਂ ਆਪਣਾ ਇੱਕ ਸਾਦਾ ਦੌਰ ਚੋਂ ਗੁਜ਼ਰ ਕੇ ਆਏ ਹੋ, PTCL ਦੌਰ, ਤੇ ਇੱਕ ਹੁਣ ਮੋਬਾਈਲ ਟੈਕਨੋਲੋਜੀ ਆ ਗਈ ਹੈ। ਅੱਛਾ, ਮੋਬਾਈਲ ਤੇ PTCL ਦੇ ਵਿੱਚ ਇੱਕ ਫਰਕ ਆ, ਉਹ ਬੜਾ ਵਾਜ਼ਿਆ ਫਰਕ ਆ, ਉਹ ਕਿਹੜਾ ਹੈ? ਐਸਾ ਫਰਕ, ਇਹ ਤਾਰ ਵਾਲਾ ਵੀ ਨਹੀਂ ਹੈ, ਰਿਸੀਵਰ ਵਾਲਾ ਵੀ ਨਹੀਂ ਹੈ, ਚਾਰਜਿੰਗ ਵਾਲਾ ਵੀ ਨਹੀਂ ਹੈ, ਵੀਡੀਓ ਵਾਲਾ ਵੀ ਨਹੀਂ ਹੈ, ਉਹ ਕਿਹੜਾ ਫਰਕ ਆ? ਫਰਕ ਉਹਦੇ ਵਿੱਚ ਇਹੀ ਹੈ ਵੀ ਉਹ ਲੈਣ ਦਾ ਨਾ ਘਰ ਦੇ ਵਿੱਚ ਹੀ ਰਹਿਣਾ, ਉਹ ਇੱਕ ਜਗ੍ਹਾ 'ਤੇ ਰਹਿਣਾ ਵਾ, ਮੋਬਾਈਲ ਜਿਹੜਾ ਵਾ ਹਰ ਜਗ੍ਹਾ 'ਤੇ ਜਿੱਥੇ ਮਰਜ਼ੀ ਇਸਤੇਮਾਲ ਕਰੋ ਤੁਸੀਂ। ਨਹੀਂ ਅੰਕਲ ਜੀ, ਉਹ ਤਾਂ ਮੋਬਾਈਲ ਤਾਂ ਅਸੀਂ ਪਹਿਲੇ ਦੱਸਤਾ ਕਿ ਜੇਬ ਵਾਲਾ ਚੱਕਰ ਨਹੀਂ ਹੈਗਾ, ਉਹਦੇ ਵਿੱਚ ਬੜਾ ਵਾਜ਼ਿਆ ਫਰਕ ਆ, ਔਰ ਤਕਰੀਬਨ ਉਹ ਹਰ ਬੰਦਾ ਇਸਤੇਮਾਲ ਕਰ ਚੁੱਕਿਆ। ਉਸ ਫਰਕ ਨੂੰ ਪਰਖਣ ਵਾਸਤੇ ਥੋੜ੍ਹਾ ਜਿਹਾ ਟਾਈਮ ਲੱਗਦਾ, ਲੇਕਿਨ ਉਹ ਫਰਕ ਜਿਹੜਾ ਹੈ, ਅਗਰ ਬੰਦਾ ਥੋੜ੍ਹੀ ਜਿਹੀ ਗੌਰ ਕਰੇ ਤਾਂ ਫਰਕ ਸਾਹਮਣੇ ਆ ਜਾਂਦਾ, ਉਹਦੇ ਵਿੱਚ ਬੜਾ ਵਾਜ਼ਿਆ ਫਰਕ ਆ। ਅੱਛਾ ਨਾਜ਼ਰੀਨ, ਇੱਥੇ ਲੈਂਦੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡਾ ਮੇਜ਼ਬਾਨ ਆਕਾਸ਼ ਭਾਈ ਦੁਬਾਰਾ ਹਾਜ਼ਰ ਖਿਦਮਤ ਹੋਏਗਾ। ਨਾਜ਼ਰੀਨ, ਵਕਫੇ ਤੋਂ ਬਾਅਦ ਤੁਹਾਡਾ ਮੇਜ਼ਬਾਨ ਆਕਾਸ਼ ਭਾਈ ਦੁਬਾਰਾ ਹਾਜ਼ਰ ਖਿਦਮਤ ਹੈ। ਸਾਡੇ ਨਾਲ ਇੱਥੇ ਕੋਈ ਦੋਸਤ ਮੌਜੂਦ ਆ, ਅਸੀਂ ਉਹਨਾਂ ਦੇ ਕੋਲੋਂ ਵੀ ਉਹ ਸਵਾਲ ਕਰਾਂਗੇ, ਉਹ ਸਵਾਲ ਦਾ ਅਗਰ ਜਵਾਬ ਦੇਣਗੇ ਅਸੀਂ ਉਹਨਾਂ ਨੂੰ 500 ਦਾ ਨੋਟ ਦੇਵਾਂਗੇ। ਸਲਾਮ ਅਲੈਕਮ ਸਰ। ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਅਤੇ ਤੂੰ ਸਲਾਮ ਦਾ ਜਵਾਬ ਨਹੀਂ ਦਿੱਤਾ, ਤੇਰੀ ਜ਼ੁਬਾਨ ਥਲਦੀ ਹੈ। ਸਲਾਮ ਅਲੈਕੁਮ। ਨਹੀਂ, ਮੈਂ ਸਲਾਮ ਅਲੈਕੁਮ ਕਿਹਾ ਸੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਅੱਛਾ ਜੀ, ਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ। ਕੀ ਨਾਂ ਹੈ ਜੀ ਤੁਹਾਡਾ? ਤਾਰਕ ਮਹਿਮੂਦ। ਤਾਰਕ ਭਾਈ, ਅਸੀਂ ਇਹਨਾਂ ਦੇ ਕੋਲ ਇੱਕ ਸਵਾਲ ਪੁੱਛ ਲਈਏ। ਪੁੱਛੋ ਸਰ, ਪੁੱਛੋ। ਅੱਛਾ, ਇਹ ਕੁਰ ਉਮਰ 'ਚ ਵੱਡੇ ਨੇ ਜੀ। ਅੱਛਾ, ਕੀ ਕਰਦੇ ਹੋ ਜੀ? ਡਰਾਈਵਰੀ। ਅੱਛਾ, ਡਰਾਈਵਰੀ ਕਰਦੇ ਹੋ, ਕਿੰਨੀ ਦੇਰ ਤੋਂ ਕਰ ਰਹੇ ਡਰਾਈਵਰੀ? 20-21 ਸਾਲ ਹੋ ਗਏ। ਅੱਛਾ, 20-21 ਸਾਲ ਹੋ ਗਏ। ਅੱਛਾ, ਇਹ ਦੱਸੋ, ਤੁਸੀਂ ਕਦੀ PTCL ਫੋਨ ਵੇਖਿਆ? ਹਾਂ ਵੇਖਿਆ, ਵੇਖਿਆ, ਵੇਖਿਆ। ਹੁਣ ਯਾਰ ਮੰਨਿਆ, ਐਵੇਂ ਨਾ ਕਰ, ਵੇਖਿਆ। ਅੱਛਾ, ਇਹ ਦੱਸੋ ਕਿ ਉਹ PTCL ਫੋਨ ਤੇ ਹੋਣ ਵਾਲਾ ਮੋਬਾਈਲ ਵੇਖਿਆ? ਹਾਂਜੀ। ਟੱਚ ਮੋਬਾਈਲ ਹੈਗਾ? ਨਹੀਂ ਸਰ। ਟੱਚ ਵੇਖਿਆ ਕਦੀ? ਟੱਚ ਮੋਬਾਈਲ ਤੇ PTCL 'ਚ, ਮੋਬਾਈਲ ਤੇ PTCL ਦੇ ਵਿੱਚ ਇੱਕ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ ਦੱਸੋ ਜ਼ਰਾ। ਤੁਸੀਂ ਅਗਰ ਜਵਾਬ ਦਿੰਦੇ ਹੋ ਅਸੀਂ ਤੁਹਾਨੂੰ 500 ਦਾ ਨੋਟ ਦੇਵਾਂਗੇ। ਅੱਛਾ, ਉਹਦੇ ਵਿੱਚ ਸਭ ਤੋਂ ਪਹਿਲੇ ਤੁਹਾਨੂੰ ਦੱਸਦਾ, ਤਾਰ ਵਾਲਾ ਫਰਕ ਕੋਈ ਨਹੀਂ ਗਾ, ਰਿਸੀਵਰ ਚੁੱਕ ਕੇ ਕੰਨ ਨਾਲ ਲਾਉਣ ਵਾਲਾ ਕੋਈ ਨਹੀਂ, ਬੈਟਰੀ ਕੋਈ ਨਹੀਂ, ਵੀਡੀਓ ਕਾਲ ਵਾਲਾ ਕੋਈ ਨਹੀਂ, ਜੇਬ ਵਾਲਾ ਕੋਈ ਨਹੀਂ। ਇਹ ਤੁਸੀਂ ਦੱਸੋ ਉਹਦੇ ਵਿੱਚ ਕਿਹੜਾ ਵਾਜ਼ਿਆ ਫਰਕ? ਨਹੀਂ, ਮੇਰੀ ਸਮਝ ਤੋਂ ਬਾਹਰ। ਤੁਹਾਡੀ ਸਮਝ ਕਿਉਂ ਨਹੀਂ ਆ ਰਿਹਾ ਜੀ? ਨਹੀਂ ਜੀ, ਕਦੀ ਸੋਚਿਆ ਹੀ ਨਹੀਂ। ਨਹੀਂ। ਨਾਜ਼ਰੀਨ, ਇੱਥੇ ਸਾਡੇ ਨਾਲ ਇੱਕ ਨੌਜਵਾਨ ਬੈਠਾ, ਉਹਦੇ ਕੋਲੋਂ ਵੀ ਪੁੱਛਦੇ ਆ। ਸਲਾਮ ਅਲੈਕੁਮ ਸਰ। ਵਾਲੇਕੁਮ ਅਸਲਾਮ। ਕੀ ਕਰਦੇ ਹੋ? ਅਸੀਂ ਗੱਡੀ ਚਲਾਉਂਦੇ ਆ ਜੀ। ਕਿਹੜੀ ਗੱਡੀ ਚਲਾਉਂਦੇ ਹੋ? ਹਾਂਜੀ, ਵੈਗਨਾਰ ਰੱਖੀ ਹੋਈ ਜੀ। ਵਾਹ ਜੀ ਵਾਹ, ਵੈਗਨਾਰ ਛੋਟੀ ਮੋਟੀ ਤਾਂ ਨਹੀਂ? ਹਾਂਜੀ, ਮਹਿੰਗਾਈ ਦੇ ਦੌਰ ਛੋਟੀ ਮੋਟੀ ਗਿਣੀ ਜਾਂਦੀ ਹੈ ਜੀ। ਅੱਛਾ ਸਰ, ਤੁਸੀਂ ਮੋਬਾਈਲ ਇਸਤੇਮਾਲ ਕਰਦੇ ਹੋ? ਬਿਲਕੁਲ ਕਰਦੇ ਹਾਂ ਜੀ। ਅੱਛਾ, ਕਦੀ PTCL ਫੋਨ ਇਸਤੇਮਾਲ ਕੀਤਾ? ਕੀਤਾ ਜੀ। ਕਿੱਦਾਂ ਕੀਤਾ? ਕੰਨ ਨਾਲ ਲਾ ਕੇ ਚੈੱਕ ਕੀਤਾ ਜੀ। ਅੱਛਾ, ਕੰਨ ਨਾਲ ਲਾ ਕੇ ਚੈੱਕ ਕੀਤਾ, ਵੈਲ ਡਨ। ਦੇਖੋ ਨਾ, ਬੰਦਾ ਟੈਲੈਂਟਡ ਆ, ਉਹਨੇ ਕਿਹਾ ਕੰਨ ਨਾਲ ਲਾ ਕੇ ਚੈੱਕ ਕੀਤਾ। ਇਸ ਤੋਂ ਇਲਾਵਾ ਕਿਸੇ ਸ਼ਹਿਰ ਨਾਲ ਨਹੀਂ ਲਾਇਆ? ਨਹੀਂ ਜੀ। ਅੱਛਾ ਯਾਰ, ਅੱਛਾ ਇਹ ਦੱਸੋ, ਅੱਛਾ ਇਹ ਦੱਸੋ ਮੈਨੂੰ ਤੁਸੀਂ ਵੀ, ਕੰਨ ਤੋਂ ਇਲਾਵਾ ਕਿਸੇ ਹੋਰ ਜਗ੍ਹਾ 'ਤੇ ਲੱਗਦਾ ਹੋ? ਹਾਂ। ਕਿੱਥੇ ਲੱਗਦਾ ਜੀ? ਜੇਬ 'ਚ ਲੱਗਾ ਪਿਆ। ਨਹੀਂ ਜੀ, ਤੁਸੀਂ ਫੋਨ ਦੀ ਗੱਲ ਕਰਨ ਦਿਓ, ਮੋਬਾਈਲ ਦੀ ਗੱਲ ਨਹੀਂ ਕਰਨ ਦੇ। ਨਹੀਂ, ਮੈਂ ਮੋਬਾਈਲ ਦੀ ਕੀਤੀ। ਅੱਛਾ, ਮੋਬਾਈਲ ਦੀ ਗੱਲ। ਹੁਣ ਆਪਾਂ PTCL 'ਤੇ ਆਉਂਦੇ ਪਏ ਹਾਂ, ਹੁਣ PTCL 'ਤੇ, ਕਿਉਂਕਿ ਪਹਿਲੇ ਮੋਬਾਈਲ ਸੀ, ਹੁਣ PTCL 'ਤੇ। ਬਿਲਕੁਲ ਜੀ। ਅੱਛਾ, ਮੋਬਾਈਲ ਵੀ ਇਸਤੇਮਾਲ ਕੀਤਾ, PTCL ਫੋਨ ਵੀ? ਬਿਲਕੁਲ ਕੀਤਾ ਜੀ। ਅੱਛਾ, ਇਸਤੇਮਾਲ ਕਰਨ ਦਾ ਤੁਹਾਨੂੰ ਕੋਈ ਮਜ਼ਾ ਆਇਆ ਕਦੀ?
ਬਸ ਕੋਈ ਖਾਸ ਮਜ਼ਾ ਨਹੀਂ ਆਇਆ। ਅੱਛਾ, ਖਾਸ ਮਜ਼ਾ ਨਹੀਂ ਆਇਆ। ਅੱਛਾ, ਇਹ ਦੱਸੋ ਟੈਲੀਫੋਨ ਅਤੇ ਮੋਬਾਈਲ ਦੇ ਵਿੱਚ ਇੱਕ ਬਹੁਤ ਬੜਾ ਵਾਜ਼ਿਆ ਫਰਕ ਆ, ਉਹ ਕਿਹੜਾ ਫਰਕ ਆ? ਪਹਿਲੇ ਤੁਸੀਂ ਸਵਾਲ ਕਰਨਾ ਜੀ ਵੀ ਉਹਦੇ ਕਿਹੜੇ ਕਿਹੜੇ ਫਰਕ ਤੁਸੀਂ ਦੱਸਣੇ ਨੇ ਜੀ। ਨਹੀਂ ਸਰ, ਅਸੀਂ ਕਿਉਂ ਦੱਸਣੇ ਆ? ਕਿਉਂਕਿ ਤੁਹਾਨੂੰ ਜੇ ਪਤਾ ਤੁਸੀਂ ਸਾਨੂੰ ਦੱਸ। ਇੱਦਾਂ ਤਾਂ ਨਹੀਂ, ਫਿਰ ਤਾਂ ਸਾਰੀ ਚਸ ਗੁੱਲ ਹੋ ਗਈ। ਨਹੀਂ ਜੀ, ਸਾਨੂੰ ਇਸ ਗੱਲ ਦਾ ਨਹੀਂ ਪਤਾ, ਲੇਕਿਨ ਚਾਹ ਤਾਂ ਪਿਲਾ ਦੇ ਕਰਨ ਦਾ ਪਤਾ। ਚਾਹ ਤਾਂ ਪਿਲਾ ਦੇ, ਚਾਹ ਬਾਸ਼ ਪਿਲਾ ਦੇਣੇ ਆ ਜੀ। ਉਹ ਇਹ ਜਿਹੜਾ ਜੱਟ ਆ ਨਾ, ਗੁੱਜਰ ਆ ਨਾ? ਅੱਛਾ, ਅੱਛਾ ਇਹ, ਅੱਛਾ ਇਹ ਦੱਸ, ਗੱਡੀ ਚਲਾਉਂਦੇ ਹੋਇਆ ਕਦੀ ਮੋਬਾਈਲ ਇਸਤੇਮਾਲ ਕੀਤਾ? ਅਕਸਰ ਮੋਬਾਈਲ ਇਸਤੇਮਾਲ ਕਰੀਦਾ। ਕਿੱਦਾਂ ਕਰਦਾ ਆ? ਐਵੇਂ ਅੰਦਰ ਲੱਗਿਆ ਹੁੰਦਾ, ਉਹਦੇ ਵਿੱਚ ਫਿਕਸ ਕੀਤਾ ਹੁੰਦਾ, ਜਿਹੜੀ ਸ਼ਾਇਦ ਇਸਤੇਮਾਲ ਕਰਨੀ ਆਪਾਂ ਕਰ ਲਈਦਾ, ਹੱਥ ਦੇ ਵਿੱਚ ਇਸਤੇਮਾਲ ਨਹੀਂ ਕਰੀਦਾ, ਹੱਥ 'ਚ ਇਸਤੇਮਾਲ ਨਹੀਂ ਕਰੀਦਾ। ਅੱਛਾ, ਅਤੇ PTCL ਨਹੀਂ ਤੁਸੀਂ ਕਦੀ ਵੀ, ਯਾਨੀ ਕਿ ਤੁਹਾਨੂੰ ਹੀ ਇਹਦਾ ਫਰਕ ਨਹੀਂ ਹੈ, ਉਹਦੇ 'ਚ ਕਿਹੜਾ ਵਾਜ਼ਿਆ ਫਰਕ? ਨਹੀਂ ਯਾਰ, ਸਾਨੂੰ ਨਹੀਂ ਪਤਾ। ਸਲਾਮ ਅਲੈਕੁਮ। ਹਾਂਜੀ ਹਾਂਜੀ, ਨਹੀਂ ਆ ਜੀ, ਕਿਉਂ ਮੈਂ ਕਿੱਧਰ ਜੀ? ਹਾਂਜੀ, ਹੁਕਮ ਕਰ ਬਾਸ਼ੋ, ਟੈਨਸ਼ਨ ਨਾ ਲੈ। ਤੂੰ ਕਿੱਧਰ ਜੀ? ਬਣਨੀ ਪਈ। ਹਾਂਜੀ, ਕੀ ਨਾਂ ਹੈ ਜੀ? ਅਸਦ ਅਬਾਸ। ਅਸਦ ਅਬਾਸ, ਕਿਹਨੇ ਨਾਂ ਰੱਖਿਆ ਜੀ? ਆਪਣੇ ਵਾਲਦ ਨੇ। ਅੱਛਾ, ਮਾਸ਼ਾਅੱਲਾ, ਫਿਰ ਤਾਂ ਬਹੁਤ ਚੰਗੀ ਗੱਲ ਆ। ਅੱਛਾ ਇਹ ਦੱਸ, ਕੀ ਕਰਦਾ? ਮੈਂ ਡਰਾਈਵਰ ਹਾਂ। ਕਿਹੜੀ ਸ਼ਾਇਦ? ਕੈਰੀ ਡੱਬੇ ਦਾ। ਅੱਛਾ, ਕੈਰੀ ਡੱਬੇ ਤੋਂ ਇਲਾਵਾ ਕੋਈ ਸ਼ਾਇਦ ਨਹੀਂ ਚਲਾਉਣੀ? ਕਾਰ ਚਲਾਉਣੀ ਆਉਂਦੀ ਹੈ, ਟਰਾਲਾ ਚਲਾਉਣਾ ਆਉਂਦਾ ਹੈ, ਬੱਸ ਚਲਾਉਣੀ ਆਉਂਦੀ ਹੈ, ਜੀਪ ਚਲਾਉਣੀ ਆਉਂਦੀ ਹੈ। ਅੱਛਾ, ਯਾਨੀ ਕਿ ਬੱਸ, ਜੀਪ, ਹਰ ਸ਼ਾਇਦ ਚਲਾ ਲੈਂਦੇ ਹੋ? ਅਤੇ ਹੁਣ ਸਾਡੇ ਸਵਾਲ ਦਾ ਜਵਾਬ, ਮੋਬਾਈਲ ਚਲਾ ਲੈਂਦੇ ਹੋ? ਨਹੀਂ, ਮੈਂ ਪੜ੍ਹਿਆ ਹੋਇਆ ਨਹੀਂ ਹੈਗਾ। ਨਹੀਂ, ਰੱਖਿਆ ਵੀ ਨਹੀਂ ਮੋਬਾਈਲ ਹੈਗਾ, ਛੋਟਾ ਜਿਹਾ ਮੋਬਾਈਲ ਆ, ਫੋਨ ਸੁਣ ਲੈਂਦਾ, ਬੈਲੈਂਸ ਭਾਈ ਕਰਵਾ ਦਿੰਦਾ, ਕਾਲ ਕਰ ਲਈਦੀ ਹੈ, ਸੁਣ ਲਈਦੀ ਬਸ। ਬੜੀ ਗੱਲ ਆ ਯਾਰ, ਜਿਹਦਾ ਭਰਾ ਬੈਲੈਂਸ ਕਰਾ ਦਿੰਦਾ, ਮੌਜਾਂ ਨਹੀਂ ਲੱਗ ਜਾਂਦੀਆਂ? ਅੱਛਾ, PTCL ਵੇਖਿਆ ਕਦੀ? ਹਾਂ, PTCL ਸੁਣਿਆ ਹੈ, ਵੇਖਿਆ ਨਹੀਂ। ਡਰਦਾ ਕਿਉਂ? ਕੋਈ ਡਰਿਆ ਨਹੀਂ, ਖਲੋਤਾ, ਮੈਂ ਕਰਾਚੀ ਦੇ ਰਹਿਣ ਵਾਲਾ, ਉਹ ਟੈਨਸ਼ਨ ਨਾ। ਅੱਛਾ, ਕਰਾਚੀ ਨੈਸ਼ਨਲ ਸ਼ਹਿਰ ਦੇ ਰਹਿਣ ਵਾਲਾ, ਉਹ ਮੈਨੂੰ ਮਸਲਾ ਨਹੀਂ ਹੈਗਾ। ਅੱਛਾ, ਤੇ ਇਹ ਦੱਸੋ ਮੋਬਾਈਲ ਤੇ ਟੈਲੀਫੋਨ ਦੇ ਵਿੱਚ ਕੀ ਫਰਕ ਆ? ਮੋਬਾਈਲ ਦੇ ਵਿੱਚ ਇਹ ਫਰਕ ਆ ਕਿ ਉਹ ਹਰ ਟਾਈਮ ਜੇਬ ਵਿੱਚ ਆ, ਟੈਲੀਫੋਨ ਦੇ ਵਿੱਚ ਇਹ ਫਰਕ ਆ ਕਿ ਉਹ ਦੁਕਾਨ ਤੇ ਪਿਆ ਹੁੰਦਾ ਜਾਂ ਕਾਊਂਟਰ ਤੇ ਰੱਖਿਆ। ਇਹ ਤੋਂ ਇਲਾਵਾ ਤਾਰ, ਇਹ ਤੋਂ ਇਲਾਵਾ ਉਹਦਾ ਬਿੱਲ ਵੀ ਆਉਂਦਾ, ਜੇ ਉਹ ਬਹੁਤ ਕੁਛ ਹੈ ਇਹਦੇ ਵਿੱਚ, 20 ਦਾ, 50 ਦਾ ਲੋਡ ਕਰ। ਹਾਂ, ਇਹ ਮੈਂ ਆਹ ਦੱਖਣਾ, ਇਹ ਤਾਂ ਫਰਕ ਸਾਰਿਆਂ ਨੂੰ ਪਤਾ ਆ। ਅੱਛਾ, ਹੋਰ ਕੋਈ ਫਰਕ ਐਸਾ? ਮੇਰੇ ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਉਹਨੂੰ ਨਹੀਂ ਆਇਆ ਸਵਾਲ ਦਾ ਜਵਾਬ? ਮੈਨੂੰ ਕਿਹੜਾ ਆ ਜਾਣਾ? ਨਹੀਂ, ਤੈਨੂੰ ਕਿਉਂ ਨਹੀਂ ਆਉਣਾ? ਮੈਨੂੰ ਕੀ ਪਤਾ? ਤੂੰ ਤਾਂ ਚੰਗੀ ਜਿਹੜਾ ਸ਼ੇਵ ਸ਼ੂ ਕਰਾਈ ਆ, ਉਮੀਦ ਤਾਂ ਬੜੀ ਆ ਤੈਨੂੰ ਆ ਜਾਏਗਾ। ਮੈਨੂੰ ਨਹੀਂ ਆਉਂਦਾ। ਅੱਛਾ, ਇਹ ਕੀ ਕਰਦਾ? ਡਰਾਈਵਰ। ਡਰਾਈਵਰ, ਤੈਨੂੰ ਤਾਂ ਜਵਾਬ ਆਉਣਾ ਚਾਹੀਦਾ, ਜਵਾਬ ਵੀ ਬੜਾ ਸੌਖਾ। ਤੂੰ ਦੱਸ ਦੇ। ਨਹੀਂ, ਮੈਂ ਤਾਂ ਦੱਸਾਂਗਾ, ਤੂੰ ਮੇਰੇ ਤੋਂ ਪੁੱਛੀ ਜਾਣਾ, ਤੂੰ ਦੱਸ ਦੇ। ਸਲਾਮ ਅਲੈਕੁਮ ਜੀ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਤਾਇਆ ਜੀ, ਕੀ ਹਾਲ ਆ? ਸ਼ੁਕਰ ਅੱਲਾ ਕਬੀਰ। ਤਬੀਅਤ ਸਿਹਤ ਠੀਕ ਹੈ? ਤਬੀਅਤ ਸਿਹਤ ਤਾਂ ਠੀਕ ਹੈ, ਸਿਹਤ ਰਹਿਣ ਨਹੀਂ ਦਿੰਦੇ। ਕੌਣ ਨਹੀਂ ਰਹਿਣ ਦਿੰਦੇ? ਇੱਕ ਭਤੀਜਾ ਅੱਜ 2 ਕਿੱਲੇ ਜ਼ਮੀਨ ਪਰ ਕਬਜ਼ਾ ਕਰੋ ਬੇਟਾ। ਓਏ ਹੋਏ ਹੋਏ, ਇਹ ਤਾਂ ਬੜਾ ਵੱਡਾ ਜ਼ੁਲਮ ਹੈ। ਕਿਹੜੇ ਚੱਕ ਦੇ ਰਹਿਣ ਵਾਲੇ ਹੋ? 226। 226, ਚਲੋ ਨਾਜ਼ਰੀਨ, ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਖਿਦਮਤ ਹੁੰਦੇ ਹਾਂ, ਫਿਰ ਜਨਾਬ ਅਲੀ ਹੋਰ ਲੋਕਾਂ ਕੋਲ ਜਾਂਦੇ, ਇਹੀ ਸਵਾਲ ਹੋਏਗਾ, ਲੇਕਿਨ ਇਹਦੇ ਵਿੱਚ ਮਜ਼ੀਦ ਦਿਲਚਸਪੀ ਪਾਵਾਂਗੇ, ਦੇਖਦੇ ਹਾਂ ਲੋਕ ਇਹਦਾ ਕੀ ਜਵਾਬ ਦਿੰਦੇ ਆ। ਨਾਜ਼ਰੀਨ, ਤੁਹਾਡਾ ਮੇਜ਼ਬਾਨ ਕਾਕਸ਼ ਭਾਈ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਖਿਦਮਤ ਆ। ਸਾਡੇ ਨਾਲ ਕੁਛ ਸ਼ਹਿਰੀ ਮੌਜੂਦ ਆ, ਉਹੀ ਸਵਾਲ ਆ, ਉਹਨੂੰ ਪੁੱਛਾਂਗੇ, ਮਜ਼ੀਦ ਇਹਦੇ ਨਾਲ ਦਿਲਚਸਪੀ ਦੇ ਨਾਲ ਗੱਲਬਾਤ ਕਰਾਂਗੇ। ਅਸਲਾਮ ਅਲੈਕਮ ਜੀ। ਯਾਰ ਬਹਿ ਲੈਣ ਦਿਓ ਜੁੰਮੇ, ਯਾਰ ਬਹਿ ਲੈਣ ਦਿਓ। ਕੀ ਆ? ਵਾਲੇਕੁਮ ਸਲਾਮ ਜੀ। ਵਾਲੇ, ਕੀ ਹਾਲ ਆ? ਵਧੀਆ ਤੇ ਜੀ। ਕੀ ਕਰ ਰਹੇ ਆ ਅੱਜ ਕੱਲ੍ਹ? ਗੱਡੀ ਚਲਾ ਰਹੇ ਹਾਂ। ਉਹ ਤਾਂ ਚਲਾ ਰਹੇ ਹਾਂ ਗੱਡੀ, ਕਦੀ ਮੋਬਾਈਲ ਚਲਾਇਆ? ਹਾਂਜੀ, ਚਲਾਉਂਦੇ ਹਾਂ ਮੋਬਾਈਲ। ਹੈਂ? ਅੱਛਾ, ਤੇ ਕਦੀ PTCL ਫੋਨ ਚਲਾਇਆ? ਨਹੀਂ, ਦੇਖਿਆ ਵੀ ਨਹੀਂ। ਦੇਖਿਆ ਹੈ, ਦੇਖਿਆ ਹੈ। ਅੱਛਾ, ਉਹਦੇ 'ਚ ਮੋਬਾਈਲ ਦੇ ਵਿੱਚ ਅਤੇ ਟੈਲੀਫੋਨ ਦੇ ਵਿੱਚ ਇੱਕ ਵਾਜ਼ਿਆ ਫਰਕ, ਉਹ ਕਿਹੜਾ ਫਰਕ? ਪਤਾ ਨਹੀਂ, ਉੱਕਾ ਤੂੰ ਤਾਂ ਅੱਜ ਜਨਾ ਜੀ ਹਰ ਸ਼ਾਇਦ ਸੱਟੀ ਪੀਆਂ।
ਮੋਬਾਈਲ ਦਾ ਬੜਾ ਟਾਇਟ ਰੱਖਿਆ ਇਹ ਮੰਗਾ ਲਈ ਆ ਲੈ ਮੰਗਾ ਲਈ ਆ ਲੈ ਯਾਰ ਬੜਾ ਨਹੀਂ ਕਹਿੰਦਾ ਨਾ ਪੀ ਅੱਛਾ ਕਦੀ ਮੋਬਾਈਲ ਆਪਣਾ ਉਹ ਦੇਖਿਆ ਪੀਟੀਸੀਐਲ ਫੋਨ ਦੇਖਿਆ ਹਾਂਜੀ ਚਲਾਇਆ ਕਦੀ ਨਹੀਂ ਚਲਾਇਆ ਕੋਈ ਨਹੀਂ ਨਹੀਂ ਜਿਹੜੀ ਗੱਲ ਇਹ ਕੀ ਕਹਿ
ਜਾਂ ਦੂਜਾ ਪੀਟੀਸੀਐਲ ਦਾ ਹੋਵੇ ਇੱਕ ਐਰੀਅਲ ਹੁੰਦਾ ਹੈ ਉਹ ਐਰੀਅਲ ਵਾਲਾ ਪਤਾ ਨਹੀਂ ਇਹਦਾ ਕਿਸਦਾ ਫਰਕ ਸਰ ਇਹਦਾ ਪੀਟੀਸੀਐਲ ਦਾ ਵੀ ਇੱਕ ਬਗੈਰ ਤਾਰ ਤੋਂ ਉਹਦੀ ਰੇਂਜ ਹੁੰਦੀ ਸੀ ਕਾਰਡਲੈਸ ਉਹਨੂੰ ਕਹਿੰਦੇ ਸੀ ਜਾਂ ਵਾਕੀ ਟਾਕੀ ਕਹਿੰਦੇ ਸੀ ਮੇਰੇ ਖਿਆਲ ਦੇ ਮੁਤਾਬਕ ਉਹ ਜਨਾਬ ਵਾਲੀ ਉਹ ਵੀ ਬਗੈਰ ਤਾਰ ਤੋਂ ਚੱਲਦਾ ਨਹੀਂ ਹੁੰਦਾ ਸਭ ਨਹੀਂ ਪਤਾ ਵਾ ਸਾਡੀ ਢਾ ਹੈ ਵਾਇਰਲੈਸ ਵਾਲਾ ਇਤਨਾ ਸਾਰਾ ਉਹਦੇ ਨਾਲ ਐਰੀਅਲ ਲਗਾਇਆ ਹੋਇਆ ਹੁੰਦਾ ਹੈ ਉਹ ਚੱਲਦਾ ਲੇਕਿਨ ਚਲਾਇਆ ਕੋਈ ਨਹੀਂ ਹੋਈ ਸਿਆਣਾ ਬੰਦਾ ਆਇਆ ਪੀਟੀਸੀਐਲ ਤੇ ਹੁਣ ਨੈਟ ਨਹੀਂ ਦੇਖਦੇ ਅਸੀਂ ਖਬਰਾਂ ਸੁਣ ਸਕਦੇ ਮੋਬਾਈਲ 'ਚ ਨਹੀਂ ਚੱਲਦਾ ਤਾਂ ਪਿਆ ਲੇਕਿਨ ਸਕਰੀਨ ਤਾਂ ਨਹੀਂ ਹੁਣ ਇਸਤੇਮਾਲ ਕਰ ਸਕਦੇ ਜਿੱਥੇ ਮਰਜ਼ੀ ਲੈ ਕੇ ਜਾਓ ਜਿੱਥੇ ਮਰਜ਼ੀ ਫਿਰੋ ਮੋਬਾਈਲ ਇਹ ਮੈਂ ਪਹਿਲੇ ਕਹਿ ਤਾ ਕਿ ਉਹਦੀ ਵੀਡੀਓ ਨੂੰ ਛੱਡ ਦਿਓ ਉਹਦੀ ਪੀਟੀਸੀਐਲ ਨੂੰ ਛੱਡ ਦਿਓ ਅਗਰ ਇਹ ਚੀਜ਼ਾਂ ਤਾਂ ਸਾਰੀਆਂ ਆਮ ਬੰਦੇ ਨੂੰ ਪੁੱਛ ਲਓ ਤੁਸੀਂ ਜਨਾਬ ਵਾਲੇ ਆ ਜਾਓ ਇੱਥੇ ਜਨਾਬ ਜਿਹੜਾ ਬਿਲਕੁਲ ਉਹਨੇ ਜਿਹੜਾ ਮੋਬਾਈਲ ਕਦੀ ਦੇਖਿਆ ਵੀ ਨਹੀਂ ਉਹ ਵੀ ਦੱਸੇਗਾ ਤਾਰ ਸੀ ਉਹ ਸੀ ਆਹ ਸੀ ਆਹ ਸੀ ਇਹਦੇ ਵਿੱਚ ਬਾਈ ਜਾਨ ਇੱਕ ਵਾਜਿਆ ਫਰਕ ਉਹ ਵਾਜਿਆ ਫਰਕ ਦੱਸੋ ਇਹ ਤਾਂ ਸਾਰਿਆਂ ਨੂੰ ਪਤਾ ਆ ਤਾਰ ਸੀ ਵੀਡੀਓ ਨਹੀਂ ਦੇਖ ਸਕਦੇ ਉਹਦੇ 'ਚ ਐਂ ਹੋ ਗਿਆ ਕਾਰਡ ਲੋਡ ਅੱਛਾ ਜੀ ਗੱਲ ਸੁਣੋ ਇੱਧਰ ਆ ਜਾਓ ਇੱਧਰ ਪਿੱਛੇ ਆ ਜਾਓ ਪਿੱਛੇ ਆ ਜਾਓ ਪਿੱਛੇ ਆ ਜਾ ਪਿੱਛੇ ਆ ਜਾ ਆ ਜਾ ਆ ਜਾ ਨਾ ਇਵੇਂ ਪਰਾਂ ਨਾ ਆਉਣਾ ਕੋਈ ਗੱਲ ਨੀ ਤੇਲ ਛੱਡ ਦਿਓ 200 ਰੁਪਏ ਤੇ ਜਾਣਾ ਇਹਨੂੰ ਛੱਡ ਦਿਓ ਖੈਰ ਆ ਤੇਲ ਪਤਾ ਨੀ ਕਿੱਥੇ ਜਾਣਾ ਇਹਦੀ ਛੱਡ ਦੇ ਤੂੰ ਗੱਲ ਇਹ ਤੁਸੀਂ ਇਹ ਕਹਿ ਰਹੇ ਸੀਗੇ ਕਿ ਅਸੀਂ ਤੁਹਾਡੇ ਤੋਂ ਸਵਾਲ ਕੀਤਾ ਅਗਰ ਤੁਸੀਂ ਸਵਾਲ ਦਾ ਜਵਾਬ ਦਿੰਦੇ ਹੋ ਤੁਹਾਨੂੰ 500 ਦਾ ਨੋਟ ਮੈਂ ਅਨਪੜਾ ਮੈਂ ਕੋ ਕੀ ਪਤਾ ਕੀ ਹੈ ਸਲਾਮ ਭਾਈ ਅਨਪੜਾ ਦਾ ਸਵਾਲ ਆ ਸਾਕੂ ਕੋਈ ਸਮਝ ਨਹੀਂ ਲੱਗਦੀ ਕੰਮ ਦੇ ਵਿੱਚ ਨਾ ਕਿਹੜੇ ਸ਼ਾਇਦ ਸਮਝ ਕਿਹੜੀ ਸ਼ਾਇਦ ਤੁਸੀਂ ਇੱਕ ਰੋਜ਼ੀ ਕਰਨੀ ਹੈ ਤੇ ਸ਼ਾਮੀ ਖਾ ਮਲੇ ਰੋਟੀ ਨਹੀਂ ਮੋਬਾਈਲ ਨਹੀਂ ਚਲਾਉਂਦੇ ਨਾ ਚਾਹੀਦਾ ਨਾ ਲਈ ਵਦੇ 500 ਵਾਲਾ ਯਾਰ ਚਲਾਉਂਦੇ ਤਾਂ ਹੋਇਆ ਨਾ ਚਲਾਉਂਦੇ ਬਸ ਜੇ ਫੋਨ ਆ ਕੇ ਤਾਂ ਸੁਣ ਕੀਤਾ ਨਹੀਂ ਤਾਂ ਬਸ ਤੇ ਕਦੀ ਐਸਾ ਹੋਇਆ ਕਿ ਫੋਨ ਤੁਹਾਨੂੰ ਆਇਆ ਤੇ ਤੁਸੀਂ ਨਾ ਸੁਣ ਸਕਿਆ ਨਹੀਂ ਸੁਣਦੇ ਤਾਂ ਹਾਂ ਇਹ ਤਾਂ ਗੱਲ ਕੋ ਨਹੀਂ ਮੇਰੇ ਉਹਦੀ ਦੇ ਪਿੱਛੇ ਤਾਂ ਸੁਣਨੇ ਸੁਣਦਾ ਨਹੀਂ ਬਾਜ਼ੂ ਕਾਦ ਬੰਦਾ ਕਿਤੇ ਐਸਾ ਮਸਰੂਫ ਹੁੰਦਾ ਫੋਨ ਨਹੀਂ ਸੁਣਦਾ ਨਹੀਂ ਮਸਰੂਫ ਕਿਉਂ ਹੁੰਦੇ ਆ ਤਾਂ ਸੁਣਦੇ ਆ ਮਸਰੂਫ ਕਾਦੇ ਵਾਸਤੇ ਹੁੰਦੇ ਆ ਨਹੀਂ ਬੰਦੇ ਕੋ ਐਸਾ ਟਾਈਮ ਹੁੰਦਾ ਆ ਬੰਦਾ ਨਹੀਂ ਸੁਣ ਸਕਦਾ ਉਹ ਨਹੀਂ ਸੁਣ ਸਕਦਾ ਤਾਂ ਬਸ ਠੀਕ ਹੈ ਕਦੀ ਸਭ ਤੋਂ ਜ਼ਿਆਦਾ ਨੰਬਰ ਕਿਹੜਾ ਮਿਲਾਇਆ ਕਦੀ ਕੋਈ ਮਿਲ ਵੰਜੇ ਤਾਂ ਨਹੀਂ ਹੁੰਦਾ ਬਈ ਕਸਵਾਰੀ ਦੇ ਫੋਨ ਆਉਣਾ ਹੁੰਦਾ ਨਹੀਂ ਸਭ ਤੋਂ ਜ਼ਿਆਦਾ ਨੰਬਰ ਕਿਹੜਾ ਮਿਲਾਇਆ ਕਦੀ ਤੁਹਾਡੇ ਮਸਾਂ ਕੋਈ ਫੇਵਰਟ ਨੰਬਰ ਹੁੰਦਾ ਨਹੀਂ ਨਹੀਂ ਇਹ ਸਾਡੇ ਵਿੱਚ ਕੋਈ ਨਹੀਂ ਕਿਹੜੀ ਸ਼ੈ ਨਾਲ ਮਿਲਾਉਂਦੇ ਹੋ ਨੰਬਰ ਕਿਹੜੀ ਸ਼ੈ ਬਟਣਾ ਨਾਲ ਮਿਲਾਉਂਦੇ ਕਿਹੜੇ ਨਾਲ ਮਿਲਾਉਂਦੇ ਨੰਬਰ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਬਟਣਾ ਨਾਲ ਮਿਲਾਉਂਦੇ ਉਹ ਕਿਹਦੇ ਵਾਸਤੇ ਮਿਲਾਉਂਦੇ ਆ ਨਹੀਂ ਬਟਣ ਆਪ ਹੀ ਤਾਂ ਚੱਲਦੇ ਕੋਈ ਨਹੀਂ ਹਾਂ ਤਾਂ ਬਸ ਮਿਲਾ ਲੈਂਦੇ ਸਲਾਮ ਅਲੈਕਮ ਸਰ ਸਲਾਮ ਭਾਈ ਜਨ ਕੀ ਹਾਲ ਨੇ ਸ਼ੁਕਰ ਅੱਲਾ ਦਾ ਕੀ ਕਰਦੇ ਹੋ ਜੀ ਇਹ ਗੱਡੀ ਚਲਾਉਂਦੇ ਆ ਕਿੰਨੀਆਂ ਪੜ੍ਹੇ ਆ BA ਕੀਤਾ ਹੈ ਤਾਂ ਯਾਰ ਲੈ BA ਕੀਤਾ ਜੀ ਬੰਦੇ ਨੇ ਬੰਦਾ ਜਿਸ ਨਾਲ ਸਵਾਲ ਦਾ ਜਵਾਬ ਸਾਨੂੰ ਦੇਏਗਾ ਅੱਛਾ ਇਹ ਮੋਬਾਈਲ ਤੋਂ ਹੁਣ ਕਾਲ ਜਿਵੇਂ ਆ ਰਹੀ ਆ ਇਹ ਤੁਸੀਂ ਸੁਣਦੇ ਤਾਂ ਹੋਣੇ ਹੀ ਆ ਸੁਣਦੇ ਆ ਬਿਲਕੁਲ ਅੱਛਾ ਕਦੀ ਇਵੇਂ ਹੋਇਆ ਕਿ ਜਨਾਬ ਵਾਲੀ ਕਾਲ ਮਿਸ ਹੋ ਗਈ ਹੋਵੇ ਹਾਂ ਮਿਸ ਕਿਵੇਂ ਬਸ ਨਾ ਸੁਣੀ ਹੋਵੇ ਨਹੀਂ ਬਾਅਦ ਕਾ ਬੰਦਾ ਮਸਰੂਫ ਹੋਵੇ ਨਹੀਂ ਸੁਣ ਸਕਦਾ ਬਸ ਮਸਰੂਫੀਅਤ ਕਿੱਦਾਂ ਦੀ ਹੋਵੇ ਜਿੱਥੇ ਤੁਸੀਂ ਕਾਲ ਨਹੀਂ ਸੁਣਦੇ ਮਕਸਦ ਵਾਸ਼ਰੂਮ ਹੋ ਸਕਦਾ ਹੈ ਬੰਦਾ ਨਹਾ ਰਿਹਾ ਹੋਵੇ ਜਾਂ ਸੋ ਇਸ ਤਰ੍ਹਾਂ ਦੀ ਕੋਈ ਚਲੋ ਜੀ ਠੀਕ ਆ ਪੀਟੀਸੀਐਲ ਫੋਨ ਦੇਖਿਆ ਪੀਟੀਸੀਐਲ ਫੋਨ ਦੇਖਿਆ ਹੋਇਆ ਅੱਛਾ ਤੁਸੀਂ ਇਹ ਦੱਸੋ ਕਿ ਮੋਬਾਈਲ ਅਤੇ ਪੀਟੀਸੀਐਲ 'ਚ ਇੱਕ ਵਾਜ਼ਿਆ ਫਰਕ ਹੈ ਇੱਕ ਤਾਂ ਸਭ ਤੋਂ ਪਹਿਲੇ ਤੁਹਾਨੂੰ ਮੈਂ ਦੱਸ ਦੇਵਾਂ ਵੀ ਆਹ ਵੀਡੀਓ ਅਤੇ ਆਹ ਤਾਰ ਵਾਲਾ ਅਤੇ ਬੈਟਰੀ ਵਾਲਾ ਇਹ ਨਹੀਂ ਹੈ ਇੱਕ ਵਾਜ਼ਿਆ ਫਰਕ ਆ ਉਹ ਕਿਹੜਾ ਆ ਪੀਟੀਸੀਐਲ ਮਾ ਕਿਤੇ ਲੈ ਕੇ ਨਹੀਂ ਜਾਂਦਾ ਸਰ ਇਹ ਤਾਂ ਹੋ ਗਿਆ ਉਹ ਤਾਂ ਸਾਰਿਆਂ ਨੂੰ ਪਤਾ ਨਹੀਂ ਲੈ ਕੇ ਜਾਂਦਾ ਉਹ ਤਾਂ ਤੁਹਾਨੂੰ ਪਤਾ ਨਾ ਨਹੀਂ ਲੈ ਕੇ ਜਾਂਦਾ ਸਾਡਾ ਜਿਹੜਾ ਸਵਾਲ ਆ ਉਹ ਜਨਾਬ ਅਲੀ ਕਿਹੜਾ ਫਰਕ ਆ ਜਿਹੜਾ ਮੋਬਾਈਲ ਔਰ ਟੈਲੀਫੋਨ ਦੇ ਵਿੱਚ ਬੜਾ ਵਾਜ਼ਿਆ ਫਰਕ ਆ ਉਹਦੇ ਇਸਤੇਮਾਲ 'ਚ ਬੜਾ ਫਰਕ ਆ ਵਾ ਰਿਸੀਵਰ ਹੁੰਦਾ ਉਹਦਾ ਸਰ ਨਹੀਂ ਇਹ ਤਾਂ ਸਾਰਿਆਂ ਨੂੰ ਪਤਾ ਹੈ ਤਾਂ ਭਾਈ ਅੱਗੇ ਦੱਸ ਹਟਿਆ ਭਾਈ ਜਨ ਦੱਸਿਆ ਨਾ ਤੁਸੀਂ ਰਿਸੀਵਰ ਦੱਸਿਆ ਜੀ ਦੱਸਿਆ ਭਾਈ ਜਨ ਨਹੀਂ ਨਾ ਰਿਸੀਵਰ ਨਹੀਂ ਭਾਈ ਪੀਟੀਸੀਐਲ ਹੋਇਆ ਨਾ ਉਹ ਘਰ ਪਿਆ ਇਹ ਜੇ ਵਿੱਚ ਇਹ ਫਰਕ ਹੈ ਇਹ ਫਰਕ ਹੈ ਨਾ ਸਰ ਨਾ ਅਗਰ ਇਹ ਫਰਕ ਹੋਏਗਾ ਤੁਸੀਂ ਮੈਂ ਤੁਹਾਨੂੰ 5000 ਰੁਪਇਆ ਦਵਾਂਗਾ ਅੱਛਾ ਚੱਲਣ ਡਿਆ ਚੱਲ ਰਿਹਾ ਆ ਹਾਂਜੀ ਭਾਈ ਜਨ
ਨਹੀਂ ਕੋ ਖਾਸ ਤਾਂ ਨਹੀਂ ਪਤਾ ਬਸ ਇਹੀ ਹੈ ਕਿ ਬੰਦਾ ਫਾਸਲੇ ਤੇ ਲੈ ਜਾਂਦਾ ਮੋਬਾਈਲ ਨੂੰ ਸਰ ਮੋਬਾਈਲ ਦਾ ਫਾਸਲੇ ਵਾਲੀ ਵੀ ਗੱਲ ਕੋਈ ਨਹੀਂ ਗੀ ਜਿੱਦੀ ਟੈਕਨੋਲੋਜੀ ਆ ਗਈ ਫਾਸਲੇ ਵਾਲੀ ਵੀ ਗੱਲ ਕੋਈ ਅੱਛਾ ਹੋਰ ਓਪਨ ਹੀ ਕਰਕੇ ਚਲਾ ਸਕਦੇ ਆ ਕੋਈ ਯਾਨੀ ਕਿ ਖਾਸ ਇਹੀ ਹੈ ਕਿ ਸਰ ਅਗਰ ਤੁਸੀਂ ਫਰਕ ਬਾਅਦ ਮੈਂ ਤੁਹਾਨੂੰ ਦੱਸਾਂਗਾ ਨਾ ਪ੍ਰੋਗਰਾਮ ਦੇ ਆਪਣੇ ਦੇ ਐਂਡ ਅੱਛਾ ਅੱਛਾ ਚਲੋ ਬਹਰਾਲ ਨਹੀਂ ਪਤਾ ਕੋਈ ਸਲਾਮ ਅਲੈਕਮ ਜੀ ਫਿਲਹਾਲ ਨਹੀਂ ਪਤਾ ਸਰ ਨਹੀਂ ਅਸੀਂ ਤਾਂ ਤੁਹਾਨੂੰ ਗੱਲ ਹੀ ਕੋਈ ਨਹੀਂ ਕੀਤੀ ਅਸੀਂ ਹੋ ਸਕਦਾ ਤੁਹਾਡੇ ਤੋਂ ਸਵਾਲ ਹੀ ਹੋਰ ਕਰਨਾ ਹੋਵੇ ਅਸੇ ਕਾਰ ਚਲੇਂਦੇ ਹੋਰ ਅਸਾਂ ਕਿੱਥੇ ਬਣੇ ਲਈਏ ਕਰੋੜ ਦੋ ਰਸਾ ਕੋ ਸਵਾਰੀ ਕੋਈ ਨਹੀਂ ਮਿਲਦੀ ਨਹੀਂ ਅਗਲੇ ਦਿਨ ਮੈਂ ਭਾਈ ਅਗਲੇ ਦਿਨ ਮੈਂ ਤੈਨੂੰ ਆ ਮੁਲਤਾਨ ਅਗੇ ਕੋਈ ਲਾਈਵ ਨਹੀਂ ਜਾਂਦਾ ਅਗਲੇ ਦਿਨ ਮੈਂ ਤੈਨੂੰ ਆ ਮੁਲਤਾਨ ਵੇਖਿਆ ਮੁਲਤਾਨ ਇਹ ਮੁਲਤਾਨ ਦੇ ਨਾਲ ਖੜੇ ਤੁਸੀਂ ਕਿਹਾ ਜੀ ਮੈਨੂੰ ਕਰੋੜ ਤੋਂ ਲਈਆ ਕੋਈ ਨਹੀਂ ਜਾਣਦਾ ਲੈ ਕੇ ਕੋਈ ਨਹੀਂ ਜਾਂਦਾ ਫੁੱਲ ਗਲੇ ਗਈ ਉਸੇ ਕੋਈ ਹੁਣ ਕੀ ਕਰੂੰ ਅੱਛਾ ਤੁਸੀਂ ਕਦੀ ਆਪਣਾ ਕੋਈ ਕਦੀ ਫੋਨ ਕਿਸੇ ਦਾ ਮਿਸ ਕੀਤਾ ਮਿਸ ਹੋ ਜਾਂਦਾ ਬਾਅਦ ਕਾਲ ਕਾਲ ਮਿਸ ਹੋ ਜਾਂਦੀ ਹੈ ਨਾ ਗੱਡੀ ਬਗੈਰ ਕੋਈ ਸ਼ੈ ਨਹੀਂ ਚਲਾਉਂਦੇ ਠੀਕ ਹੈ ਨਾਜ਼ਰੀਨ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡਾ ਮੇਜ਼ਬਾਨ ਆਕਾਸ਼ ਭਾਈ ਫਿਰ ਦੁਬਾਰਾ ਹਾਜ਼ਰ ਖਿਦਮਤ ਹੋਏਗਾ ਸਵਾਲ ਦਾ ਜਵਾਬ ਕਿਸੇ ਨਹੀਂ ਆਣਾ ਜਿਹੜਾ ਸਵਾਲ ਦਾ ਜਵਾਬ ਦੇਗਾ ਉਹਨੂੰ 5000 ਰੁਪਇਆ ਦੇਵਾਂਗੇ ਵਕਫੇ ਤੋਂ ਬਾਅਦ ਤੁਹਾਡਾ ਮੇਜ਼ਬਾਨ ਕਾਕਾਸ਼ ਭਾਈ ਦੁਬਾਰਾ ਹਾਜ਼ਰ ਖਿਦਮਤ ਹੈ ਇਹ ਜਿਹੜਾ ਸਾਡਾ ਸਵਾਲ ਹੈਗਾ ਆ ਕਿ ਉਹ ਕਿਹੜੀ ਚੀਜ਼ ਹੈ ਮੋਬਾਈਲ ਔਰ ਟੈਲੀਫੋਨ ਦੇ ਵਿੱਚ ਕਿਹੜੀ ਚੀਜ਼ ਦਾ ਵਾਜ਼ਿਆ ਫਰਕ ਆ ਉਹ ਇੱਥੇ ਮੋਬਾਈਲ ਕੰਪਨੀ ਵਾਲੇ ਕਾਰਡ ਲਾ ਕੇ ਬੈਠੇ ਇਹਨਾਂ ਨੂੰ ਸ਼ਾਇਦ ਪਤਾ ਹੋਵੇ ਇਹਨਾਂ ਤੋਂ ਜਾਣਦੇ ਆ ਅਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਕੈਸੇ ਹਾਂ ਜੀ ਆਪ ਠੀਕ ਠਾਕ ਕਰਾਂ ਮੈਂ ਲਾਪਾ ਤਬੀਅਤ ਸਿਹਤ ਠੀਕ ਹੈ ਸ਼ੁਕਰ ਹੈ ਦੋਰ ਕਿੰਨਾ ਅਰਸਾ ਹੋ ਗਿਆ ਇਹਦੇ ਵਿੱਚ ਕੰਮ ਕਰਦੇ ਆ ਮੈਨੂੰ 4 ਸਾਲ ਹੋ ਗਏ ਹੈ 4 ਸਾਲ ਹੋ ਗਏ ਪੀਟੀਸੀਐਲ ਫੋਨ ਦੇਖਿਆ ਜੀ ਬਿਲਕੁਲ ਮੋਬਾਈਲ और पीटीसीएल में एक वाजह फर्क है वो कौन सा है मोबाइल पे हम ऑनलाइन सब कुछ देख सकते हैं पीटीसीएल पे तो हम नहीं दे जाओ सारे जवाब मैं तुम्हें एक बार दसांगा अच्छा तुसी दस दो अपना जवाब दे थोड़ा नाम की है मेरा नाम मोहम्मद इकबाल इकबाल भाई ऐसे तो हम दसांगे प्रोग्राम दे एंड ते लेकिन तुसी सानू दसो नहीं सानू नहीं पता तुसी दस दो धीरे सारे तेरे मैं खा जाने सिखा लो कोई गल नहीं ਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਅੱਲਾ ਕਾ ਸ਼ੁਕਰ ਹੈ ਆਪ ਸੁਣਾ ਠੀਕ ਹੈ ਕੀ ਕਰ ਰਹੇ ਆ ਕੁਛ ਵੀ ਨਹੀਂ ਅਜੇ ਵਿਹਲਾ ਹੀ ਆ ਖੀਰੇ ਤਾਂ ਨਹੀਂ ਖਾਂਦਾ ਖਾਦਾ ਅਜੇ ਸਵਾਲ ਹੈਗਾ ਇਹ ਮੋਬਾਈਲ ਤੇ ਟੈਲੀਫੋਨ ਚ ਕੀ ਵਾਜ਼ਾ ਫਰਕ ਹੈ ਕਿਹੜਾ ਫਰਕ ਹੈ ਸਰ ਜੀ ਮੋਬਾਈਲ ਔਰ ਟੈਲੀਫੋਨ ਮੈਂ ਜੋ ਫਰਕ ਹੈ ਨਾ ਜੋ ਮੋਬਾਈਲ ਹੈ ਉਸਮੇ ਹਰ ਸਹੂਲਤ ਮੌਜੂਦ ਹੁੰਦੀ ਹੈ ਠੀਕ ਹੈ ਜੋ ਪੀਟੀਸੀਐਲ ਹੈ ਤੋ ਉਸਮੇ ਤੋ ਇਤਨੀ ਸਹੂਲਤ ਨਹੀਂ ਨਹੀਂ ਇਹ ਤਾਂ ਸਾਰੀਆਂ ਪੁਰਾਣੀਆਂ ਗੱਲਾਂ ਆ ਇਹ ਤਾਂ ਸਾਰਿਆਂ ਨੂੰ ਪਤਾ ਉਹਨੂੰ ਵੀ ਪਤਾ ਆ ਇਹਨੂੰ ਵੀ ਪਤਾ ਆ ਇਹ ਇਹ ਛੱਡ ਦੇ ਨਵੀਂ ਗੱਲ ਨਵੀਂ ਜ਼ਹਿਨ ਮੈਂ ਨਹੀਂ ਆ ਰਹੀ ਨਹੀਂ ਹੈਗੀ ਮੇਰਾ ਤੁਹਾਡੇ ਖੀਰੇ ਹੀ ਖਾਵਾਂਗਾ ਮੈਂ ਸਲਾਮ ਅਲੈਕਮ ਜੀ ਵਾਲੇਕਮ ਸਲਾਮ ਕੀ ਹਾਲ ਆ ਠੀਕ ਠਾਕ ਸਰ ਸ਼ੁਕਰ ਕੀ ਕਰਦਾ ਮੈਂ ਟੈਲਰ ਫਰੈਂਚਾਈਜ਼ ਮੈਂ ਹੈ ਮੈਂ ਟੈਲੀਕਾਮ ਮੈਂ ਹੁੰਦਾ ਹਾਂ ਟੈਲਰ ਵਾਹ ਜੀ ਵਾਹ ਲੈ ਫਿਰ ਤਾਂ ਤੂੰ ਦੱਸੇਂਗਾ ਪੀਟੀਸੀਐਲ ਫੋਨ ਵੇਖਿਆ ਪੀਟੀਸੀਐਲ ਫੋਨ ਸਰ ਦੇਖਿਆ ਮੋਬਾਈਲ ਵੇਖਿਆ ਜੀ ਦੇਖਿਆ ਇਹਦੇ ਵਿੱਚ ਇੱਕ ਵਾਅਦਾ ਫਰਕ ਹੈ ਮੋਬਾਈਲ ਔਰ ਟੈਲੀਫੋਨ ਦੇ ਵਿੱਚ ਤਾਰ ਤੋਂ ਹਟ ਕੇ ਹਰ ਚੀਜ਼ ਤੋਂ ਹਟ ਕੇ ਉਹ ਕਿਹੜਾ ਫਰਕ ਹੈ ਇਨਕੇ ਨੰਬਰ ਮੇਂ ਫਰਕ ਹੁੰਦਾ ਹੈ ਇਨਕੇ ਨੰਬਰ ਮੇਂ ਫਰਕ ਹੁੰਦਾ ਹੈ ਨਹੀਂ ਫਰਕ ਨੰਬਰ ਤਾਂ ਇੱਕੋ ਜਿਹਾ ਹੁੰਦੇ 1 2 3 4 5 6 7 8 9 10
नहीं सर, इनका नंबर कम होता है और जो ये सिम होती है इसका नंबर कम। नहीं, इसके अलावा आप ही बता दें फिर। हाँ लूट दही यार थोड़ा यार, हाँ दही एन भी ला दही। खैर मैं लाइव ही हाँ। चाचा जी की हाल? अल्लाह का शुक्र है पुत्र, तू तबीयत से ठीक है? ਤੁਸੀਂ ਹੁਣ ਸਾਡੇ ਤੋਂ ਵੱਡੇ ਹੋ ਮਾਸ਼ਾਅੱਲਾ ਸੇ। ਮੈਂ ਮੈਨੂੰ ਤਾਂ ਕਰਕੇ ਮੈਂ ਤਾਂ ਕਰਕੇ। ਅੱਛਾ ਸਿਆਣੇ ਬਿਆਣੇ ਹੋ, ਇਹ ਦੱਸੋ ਉਹ ਕਿਹੜੀ ਚੀਜ਼ ਆ? ਮੈਂ ਸਾਨੂੰ ਦੋ ਚੀਜ਼ਾਂ ਨਾ, ਇੱਕ ਮੋਬਾਈਲ ਹੈ, ਇੱਕ ਟਾਈਪ PTCL ਫੋਨ ਆ। ਮੋਬਾਈਲ ਔਰ PTCL ਦੇ ਵਿੱਚ ਕਿਹੜਾ ਫਰਕ ਆ? ਐਸਾ ਇੱਕ ਵਾਜ਼ਿਆ ਫਰਕ ਉਹ ਕਿਹੜਾ ਫਰਕ? ਮੈਂ ਨਾ ਤੂੰ ਮੇਰੇ ਕੋਲ ਜਿਹੜਾ ਫਰਕ ਟਾਈਮ ਆਈ ਫਿਰ ਮੈਂ ਤੈਨੂੰ ਦੱਸਾਂਗਾ। ਹੁਣ ਮੈਂ ਫਰਕ ਟਾਈਮ ਤੇਰੇ ਕੋਲ ਆਉਣਾ, ਮੈਨੂੰ ਤੂੰ ਕੁੱਟੇਗਾ? ਨਹੀਂ ਉਹ ਬਾਅਦ ਦਾ ਮਸਲਾ ਹੈ, ਇਹ ਸਵਾਲ ਦਾ ਜਵਾਬ ਦੇ। ਨਹੀਂ ਦੇਣਾ, ਦੇਵਾਂਗੇ ਹੁਣ। ਚਾਚਾ ਕੀ ਹਾਲ ਆ ਤੇਰਾ? ਅੱਗੇ ਨਾਲ ਫਰਕ ਆ। ਹਾਂਜੀ ਫਰਕ ਆ ਅੱਗੇ ਨਾਲ। ਆ ਤੂੰ ਰੰਗ ਬਰੰਗਾ ਹੋਇਆ ਹੈ। ਮੈਂ ਤੇ ਰੰਗ ਬਰੰਗਾ ਹੋਰ ਕੀ ਕਰੀਏ? ਤੇ ਤੂੰ ਸਵਾਲ ਪੁੱਛੇ ਉਹਦਾ ਜਵਾਬ ਦੇਵਾਂਗਾ? ਸਵਾਲ ਪੁੱਛਣ ਵਾਲਾ ਹੋਇਆ ਤਾਂ ਜਵਾਬ ਦੇਵਾਂਗੇ। ਨਹੀਂ ਨਹੀਂ ਪੁੱਛਣ ਵਾਲਾ ਦੱਸਣ ਵਾਲਾ ਹੈ। ਹਾਂ ਪੁੱਛ। ਕਿੰਨੀਆਂ ਪੜਿਆ? ਹੈ ਅਨਪੜ ਅਨਪੜ ਹਾਂ ਰੋਟੀ ਪਾੜ ਦਾ ਬਿਲਕੁਲ। ਅੱਛਾ ਫਰਕ ਤੁਹਾਨੂੰ ਇੰਚ ਕੁ ਪਿਆ ਆ? ਸਵਾਲ ਹੈਗਾ ਇਹ ਮੋਬਾਈਲ ਤੇ ਟੈਲੀਫੋਨ 'ਚ ਕੀ ਫਰਕ ਆ? ਹੈ ਮੋਬਾਈਲ 'ਚ ਟੈਲੀਫੋਨ 'ਚ ਇੱਕ ਵਾਜ਼ਿਆ ਫਰਕ ਉਹ ਕਿਹੜਾ ਆ? ਉਹਦੇ ਜਨਾਨੀਆਂ ਨਜ਼ਰ ਆਉਂਦੀ ਹੈ ਤੇ ਕੱਟੇ ਨਜ਼ਰ ਆਉਂਦੇ। ਕੀ ਆਂਦਾ? ਉਹਦੇ ਜਨਾਨੀਆਂ ਨਜ਼ਰ ਆਉਂਦੀ ਹੈ ਤੇ ਕੱਟੇ ਵੀ ਨਹੀਂ ਨਜ਼ਰ ਆਉਂਦੇ। ਅੱਛਾ PTCL ਦੇ ਵਿੱਚ ਜਨਾਨੀਆਂ ਕੱਟੇ ਵੀ ਨਹੀਂ ਨਜ਼ਰ ਆਉਂਦੇ, ਇਹਦੇ ਵਿੱਚ ਜਨਾਨੀਆਂ ਨਜ਼ਰ ਆਉਂਦੀਆਂ, ਇਸ ਤੋਂ ਇਲਾਵਾ ਕੋਈ ਫਰਕ? ਇਸ ਤੋਂ ਇਲਾਵਾ ਕੋਈ ਫਰਕ ਨਹੀਂ। ਇਸ ਤੋਂ ਇਲਾਵਾ ਨਾਜ਼ਰੀ ਸਾਡੇ ਨਾਲ ਇੱਕ ਸ਼ਹਿਰੀ ਮੌਜੂਦ ਸੀ, ਉਹਦਾ ਇਹ ਕਹਿਣਾ ਸੀਗਾ ਇੱਧਰ ਆ ਜਾ ਇੱਧਰ ਆ ਜਾ, ਕਹਿੰਦਾ ਜੀ ਫਰਕ ਮੈਨੂੰ ਇੰਚ ਕੁ ਪਿਆ ਆ ਅਤੇ ਮੋਬਾਈਲ ਦੇ ਵਿੱਚ ਦੇਖਦੇ ਆ ਦੇਖਦੀਆਂ ਜਨਾਨੀਆਂ ਅਤੇ ਇਹਦੇ ਵਿੱਚ ਦੇਖਦੇ ਮੋਬਾਈਲ PTCL 'ਚ ਕੱਟੇ ਵੀ ਨਹੀਂ ਨਜ਼ਰ ਆਉਂਦੇ। ਜੀ ਨਾਜ਼ਰੀਨ ਇੱਥੇ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਤੁਹਾਡਾ ਮੇਜ਼ਬਾਨ ਕਾਕਸ਼ ਭਾਈ ਦੁਬਾਰਾ ਫਿਰ ਆਦਰੇ ਖਿਦਮਤ ਹੋਏਗਾ। ਵਕਫੇ ਤੋਂ ਬਾਅਦ ਤੁਹਾਡਾ ਮੇਜ਼ਬਾਨ ਕਾਕਸ਼ ਭਾਈ ਦੁਬਾਰਾ ਹਾਜ਼ਰੇ ਖਿਦਮਤ। ਅਸੀਂ ਇੱਥੇ ਇੱਕ ਦੋਸਤ ਆ ਉਹਦੇ ਕੋਲ ਜਾਂਦੇ ਪਏ ਹਾਂ, ਆ ਜਾ ਤੂੰ ਪਿੱਛੇ ਪਿੱਛੇ ਇਹਨੂੰ ਨੱਸਣ ਦਾ ਜਿੱਦਾਂ ਨੂੰ ਜਾਂਦਾ, ਉਹ ਨਾਜ਼ਰੀਨ ਉਹ ਦੇਖ ਕੇ ਸਾਨੂੰ ਵੈਸੇ ਦੌੜ ਗਿਆ ਆ, ਇਹ ਤਾਂ ਮਾੜੀ ਗੱਲ। ਅਸਲਾਮ ਵਾਲਕਮ ਜੀ। ਵਾਲੇਕੁਮ ਸਲਾਮ ਭਾਜਨ, ਕੀ ਹਾਲ ਨੇ? ਅਲਹਮਦੁਲਿਲਾ। ਇਹਨੂੰ ਹੱਥ ਨਹੀਂ ਲੱਗਦਾ? ਅੱਛਾ ਅੱਛਾ ਸਰ, ਕਿੰਨੀ ਉਮਰ ਹੈ ਤੁਹਾਡੀ? 42 ਸਾਲ। 42 ਸਾਲ ਯਾਰ, ਹਾਂ ਬਿਲਕੁਲ, ਤੁਸੀਂ ਜਦੋਂ ਪੜ੍ਹਦੇ ਸੀ ਅਸੀਂ ਨਾ, ਤੁਸੀਂ ਸਾਡੇ ਤੋਂ ਸੀਨੀਅਰ ਹੁੰਦੇ ਸੀ। ਬਿਲਕੁਲ ਜੀ। ਅੱਛਾ ਇਹ ਹੈ ਕਿ ਤੁਸੀਂ ਤਾਂ ਫਿਰ PTCL ਫੋਨ ਵੇਖਿਆ ਹੋਣਾ? ਹਾਂ। ਮੋਬਾਈਲ ਵੀ ਵੇਖਿਆ? ਬਿਲਕੁਲ ਵੇਖਿਆ। ਆ ਜਾ ਯਾਰ ਮੈਨੂੰ ਗੱਲ ਸੁਣਨਾ, ਇੱਧਰ ਨੂੰ ਆ ਨਾ, ਮੈਂ ਗੱਲ ਤਾਂ ਸੁਣ ਲਾ ਯਾਰ, ਇੱਕ ਮਿੰਟ ਗੱਲ ਤਾਂ ਸੁਣ ਲਾ। ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਭਾਜਨ, ਕੀ ਹਾਲ? ਅਲਹਮਦੁਲਿਲਾ ਰੱਬਿਲ ਆਲਮੀਨ। ਮਾਸ਼ਾਅੱਲਾ ਜੀ। ਅੱਛਾ ਆਪਣਾ ਭਾਜਨ, ਤੁਹਾਡਾ ਨਾਂ ਕੀ ਹੈ? ਜੀ ਮਸੂਦ ਆਮਾ ਜੀ। ਹਾਂਜੀ ਮਸੂਦ, ਮੈਨੂੰ ਪਤਾ ਸੀ, ਮੈਂ ਵੈਸੇ ਪੁੱਛਿਆ, ਮੈਂ ਕਿਤੇ ਤਿੰਨ ਤਾਂ ਨਹੀਂ ਭੁੱਲ ਗਿਆ ਜੀ? ਜੀ ਅੱਛਾ ਪੁੱਛਣਾ ਚਾਹ ਜੀ। ਅੱਛਾ ਇਹ ਦੱਸੋ, ਮੋਬਾਈਲ ਵੇਖਿਆ? ਹਾਂਜੀ। PTCL ਫੋਨ ਵੇਖਿਆ? ਜੀ। ਅੱਛਾ ਇਹਨਾਂ ਦੋਵਾਂ ਦੇ ਵਿੱਚ ਇੱਕ ਵਾਜ਼ਿਆ ਫਰਕ, ਉਹ ਕਿਹੜਾ ਫਰਕ? ਸਾਹਮਣੇ ਫਰਕ ਹੈ, ਫੋਨ ਫੋਨ ਆ, ਮੋਬਾਈਲ ਮੋਬਾਈਲ ਹੈ ਜੀ। ਨਹੀਂ ਉਹ ਤਾਂ ਹੈ ਆ, ਇਹਦੇ 'ਚ ਇੱਕ ਵਾਜ਼ਿਆ ਫਰਕ ਉਹ ਕਿਹੜਾ ਹੈ? ਫਰਕ ਤਾਂ ਹੈ ਕਿ ਤਾਰਨਾ ਚੱਲ ਰਿਹਾ, ਇਹ ਤੋਂ ਇਲਾਵਾ ਛੱਡ ਦਿਓ। ਹੋਰ ਤੁਸੀਂ ਦੱਸ ਦਿਓ ਜਨਾਬ, ਤੁਹਾਡੇ ਵੱਲੋਂ ਜ਼ਿਆਦਾ ਹੋ ਰਿਹਾ। ਤਾਰ ਵੀ ਨਹੀਂ, ਜੇਬ 'ਚ ਵੀ ਨਹੀਂ, ਰਿਸੀਵਰ ਵਾਲਾ ਵੀ ਨਹੀਂ, ਬੈਟਰੀ ਚਾਰਜ ਵਾਲਾ ਵੀ ਨਹੀਂ, ਵੀਡੀਓ ਵਾਲਾ ਵੀ ਨਹੀਂ, ਆਡੀਓ ਵਾਲਾ ਵੀ ਨਹੀਂ, ਇਹ ਉਹ ਸਾਰਾ ਕੁਝ ਨਹੀਂ। ਇਸ ਤੋਂ ਇਲਾਵਾ ਇੱਕ ਵਾਜ਼ਿਆ ਫਰਕ ਉਹ ਕਿਹੜਾ ਹੈ? ਫੋਨ ਫੋਨ ਹੈ, ਟੈਲੀਫੋਨ ਟੈਲੀਫੋਨ, ਮੋਬਾਈਲ। ਨਾਜ਼ਰੀਨ ਮਸੂਦ ਨੂੰ ਕੋਈ ਨਹੀਂ ਪਤਾ, ਇਹ ਅਗਰ ਮਸੂਦ ਜਵਾਬ ਦੇਗਾ ਇਹਨੂੰ 500 ਦਾ ਨੋਟ ਵੀ ਦੇਵਾਂਗਾ, ਮਠਿਆਈ ਦਾ ਡੱਬਾ ਵੀ ਦੇ ਕੇ ਜਾਵਾਂਗਾ। ਸਾਡੇ ਨਾਲ ਇੱਕ ਐਸੇ ਦੋਸਤ ਮੌਜੂਦ ਨੇ ਜਿਹੜੇ ਮੋਬਾਈਲ ਦੀਆਂ ਦੁਕਾਨਾਂ ਮੋਬਾਈਲ ਦੇ ਨਾਲ 24 ਘੰਟੇ ਵਾਪਸਤਾ ਰਹਿੰਦੇ, ਇਹਨਾਂ ਨੇ PTCL ਵੀ ਇਸਤੇਮਾਲ ਕੀਤਾ ਹੋਊਗਾ, ਇਹਨਾਂ ਦੇ ਕੋਲੋਂ ਸਵਾਲ ਦਾ ਜਵਾਬ ਜਾਣਦੇ ਹਾਂ, ਦੇਖੋ ਇਹ ਕੀ ਜਵਾਬ ਦਿੰਦੇ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਤੁਹਾਨੂੰ ਨਹੀਂ ਆਉਂਦਾ? ਸਾਨੂੰ ਨਹੀਂ ਆਉਂਦਾ, ਦੱਸਣਗੇ ਭਾਈ ਨੇ, ਦੱਸਣਗੇ। ਅੱਛਾ ਸਰ ਜੀ, ਤੁਸੀਂ ਮੋਬਾਈਲ ਦੀ ਤੁਹਾਡੀ ਦੁਕਾਨ? ਜੀ ਭਾਈ ਜਾਨ, ਸਾਡੀ ਮੋਬਾਈਲ ਦੀ ਦੁਕਾਨ ਆ। ਕਿੰਨੀ ਦੇਰ ਤੋਂ ਬਣਾਈ ਹੋਈ ਹੈ?
ਭਾਈ ਜਾਨ ਹੋ ਗਏ 15-16 ਸਾਲ 15-16 ਸਾਲ ਇਹਦਾ ਮਤਲਬ ਤੁਸੀਂ ਪੀਟੀਸੀਐਲ ਵੀ ਇਸਤੇਮਾਲ ਕੀਤਾ ਹੋਣਾ ਉਹਨੂੰ ਵੇਚਿਆ ਵੀ ਜ਼ਰੂਰ ਹੋਏਗਾ ਕੋਈ ਨਾ ਕੋਈ ਤੁਸੀਂ ਰੱਖਿਆ ਵੀ ਹੋਣਾ ਦੁਕਾਨ 'ਚ ਕਿਉਂਕਿ ਬਿਲਕੁਲ ਰੱਖਿਆ ਸੀ ਦੁਕਾਨ 'ਚ ਪੀਟੀਸੀਐਲ ਸੈੱਟ ਵੀ ਅੱਛਾ ਸਰ ਇਹ ਮੋਬਾਈਲ ਅਤੇ ਪੀਟੀਸੀਐਲ ਫੋਨ ਆ ਇਹਦੇ ਇਸਤੇਮਾਲ ਦੇ ਵਿੱਚ ਇੱਕ ਵਾਜਿਆ ਫਰਕ ਆ ਉਹ ਕੀ ਆ ਕਿਹੜੀ ਚੀਜ਼ ਆ ਉਹ ਸਿੰਪਲ ਜਿਹਾ ਹੈ ਕੋਈ ਐਡਾ ਫਰਕ ਨਹੀਂ ਹੈ ਉਹ ਵਾਇਰ ਦੇ ਜ਼ਰੀਏ ਯੂਜ਼ ਹੁੰਦਾ ਇਹ ਬਗੈਰ ਵਾਇਰ ਤੋਂ ਯੂਜ਼ ਹੁੰਦਾ ਜੀ ਸਰ ਸਾਰਿਆਂ ਨੂੰ ਪਤਾ ਆ ਉਹਦੀ ਉਹਨੂੰ ਚਾਰਜ ਨਹੀਂ ਹੁੰਦਾ ਸੁਣ ਲਓ ਉਹ ਚਾਰਜ ਨਹੀਂ ਹੁੰਦਾ ਉੱਤੇ ਵੀਡੀਓ ਨਹੀਂ ਆਉਂਦੀ ਉਹਦੇ 'ਤੇ ਜਨਾਬੇ ਲਈ ਤੁਸੀਂ ਉਹਨੂੰ ਚੁੱਕ ਕੇ ਜੇਬ 'ਚ ਨਹੀਂ ਪਾ ਸਕਦੇ ਉਹਦਾ ਰਿਸੀਵਰ ਚੁੱਕ ਕੇ ਤੁਹਾਨੂੰ ਫੋਨ ਸੁਣਨਾ ਪੈਂਦਾ ਆ ਠੀਕ ਆ ਮੋਬਾਈਲ ਤੁਹਾਡੇ 24/7 ਜੇਬ 'ਚ ਆ ਜਨਾਜੀ ਚਾਰਜ ਹੁੰਦਾ ਆ ਇਹ ਸਾਰਿਆਂ ਨੂੰ ਪਤਾ ਇਹ ਆਮ ਰੂਟੀਨ ਦੀਆਂ ਗੱਲਾਂ ਉਹਦੇ ਇਸਤੇਮਾਲ ਕਰਨ ਪੀਟੀਸੀਐਲ ਫੋਨ ਔਰ ਮੋਬਾਈਲ ਫੋਨ ਦੇ ਇਸਤੇਮਾਲ ਦੇ ਵਿੱਚ ਇੱਕ ਵਾਜਿਆ ਫਰਕ ਉਹ ਕੀ ਫਰਕ ਆ ਭਾਈ ਜਾਨ ਉਹ ਫਰਕ ਇਹ ਹੈ ਕਿ ਪੀਟੀਸੀਐਲ ਇੰਤਹਾਈ ਸੇਫ ਤਰੀਕੇਕਾਰ ਹੈ ਕਾਲ ਦਾ ਉਸਦੇ ਕੋਈ ਮੁਦਰੇ ਅਸਰਾਤ ਨਹੀਂ ਜਿਹੜਾ ਮੋਬਾਈਲ ਹੈ ਇਸ ਦੇ ਵਿੱਚ ਜਿਸ ਵਕਤ ਸਾਡੀ ਕਾਲ ਕੁਨੈਕਟ ਹੁੰਦੀ ਆ ਇਸ ਦੇ ਵਿੱਚ ਜਿਹੜੀ ਇਹਦੀ ਰੇਸ ਦੇ ਜ਼ਰੀਏ ਕੁਨੈਕਟ ਹੁੰਦੀ ਆ ਉਸਦੇ ਅੱਛੇ ਖਾਸੇ ਇਨਸਾਨੀ ਸਿਹਤ 'ਤੇ ਨਾ ਬੁਰੇ ਅਸਰਾਤ ਨੇ ਨਹੀਂ ਨਹੀਂ ਇਹ ਅਫਾਦੀਅਤ ਆ ਠੀਕ ਹੈ ਅਸੀਂ ਪੁੱਛ ਰਹੇ ਉਹਦੇ ਇਸਤੇਮਾਲ ਯਾਨੀ ਕਿ ਉਹਨੂੰ ਇਹ ਮੋਬਾਈਲ ਆ ਨਾ ਤੁਹਾਡਾ ਇਹ ਤੁਸੀਂ ਖੋਲਿਆ ਠੀਕ ਆ ਇਹ ਇਸਤੇਮਾਲ ਕਰ ਲਿਆ ਠੀਕ ਹੈ ਨਾ ਉਹਦੇ ਇਸਤੇਮਾਲ ਦੇ ਵਿੱਚ ਅਤੇ ਇਹਦੇ ਇਸਤੇਮਾਲ ਦੇ ਵਿੱਚ ਇੱਕ ਵਾਜਿਆ ਫਰਕ ਆ ਉਹ ਮੈਂ ਤੁਹਾਨੂੰ ਦੱਸ ਵੀ ਗਿਆ ਹਾਂ ਠੀਕ ਹੈ ਮੈਂ ਤੁਹਾਨੂੰ ਦੱਸ ਵੀ ਗਿਆ ਆਪਣੇ ਇਹ ਗੱਲਾਂ ਦੇ ਵਿੱਚ ਮੈਂ ਦੱਸ ਵੀ ਗਿਆ ਉਹ ਤੁਸੀਂ ਹੁਣ ਜੱਜ ਇਹ ਕਰਨਾ ਕਿ ਪੀਟੀਸੀਐਲ ਫੋਨ ਔਰ ਮੋਬਾਈਲ ਫੋਨ ਦੇ ਇਸਤੇਮਾਲ ਦੇ ਵਿੱਚ ਇੱਕ ਵਾਧਿਆ ਫਰਕ ਆ ਉਹ ਕੀ ਹੈ ਸਰ ਜੀ ਇਹੀ ਫਰਕ ਆ ਕਿ ਇਹਨੂੰ ਅਸੀਂ ਜਿੱਥੇ ਮਰਜ਼ੀ ਲੈ ਜਾਈਏ ਉਹ ਇੱਕ ਮਖਸੂਸ ਜਗ੍ਹਾ 'ਤੇ ਰਹਿੰਦਾ ਸਰ ਇਹ ਤਾਂ ਮੈਂ ਪਹਿਲੇ ਕਰ ਗਿਆ ਹਾਂਜੀ ਦੱਸਿਓ ਬਾਬਾ ਜੀ ਹਾਂ ਬਾਬਾ ਜੀ ਨਾ ਜੀ ਨਾ ਬਾਬੇ ਰੌਲਾ ਪਾਤਾ ਜੀ ਬਾਬੇ ਰੌਲਾ ਪਾਤਾ ਬਾਬੇ ਨੇ ਪਹਿਲੇ ਸਾਨੂੰ ਸਾਡੇ ਸਵਾਲ ਦਾ ਜਵਾਬ ਸੁਣ ਲਿਆ ਸੀਗਾ ਬਾਬਾ ਜੀ ਨੇ ਸਾਡੇ ਸਵਾਲ ਦਾ ਜਵਾਬ ਸੁਣ ਲਿਆ ਸੀ ਬਾਬਾ ਜੀ ਕਹਿੰਦਾ ਜੀ ਇੰਜ ਅਤੇ ਇਹ ਇੰਜ ਇਹ ਵਾਲਾ ਇਸਤੇਮਾਲ ਬਾਬਾ ਜੀ ਨੇ ਸਾਡੇ ਤੋਂ ਸੁਣ ਕੇ ਤੁਹਾਨੂੰ ਦੱਸਤਾ ਜੀ ਨਾਜ਼ਰੀਨ ਇੱਥੇ ਫਾਰੂਕ ਭਾਈ ਨੇ ਵੀ ਆਪਣਾ ਸਵਾਲ ਦਾ ਜਵਾਬ ਦਿੱਤਾ ਆ ਕਿ ਜਿਹੜਾ ਮੋਬਾਈਲ ਹੈ ਨਾ ਮੋਬਾਈਲ ਇਹ ਅਸੀਂ ਟੱਚ ਹੈ ਨਾ ਇਹਨੂੰ ਖੋਲ੍ਹਿਆ ਇਹਨੂੰ ਅੰਗੂਠੇ ਨਾਲ ਅਸੀਂ ਨੰਬਰ ਡਾਇਲ ਕਰਦੇ ਹਾਂ ਠੀਕ ਹੈ ਨਾ ਪੀਟੀਸੀਐਲ ਫੋਨ ਹੈ ਫੜਿਓ ਪੀਟੀਸੀਐਲ ਫੋਨ ਨੂੰ ਕਦੀ ਆਪਾਂ ਅੰਗੂਠੇ ਦੇ ਨਾਲ ਇਵੇਂ ਘੁਮਾ ਕੇ ਨੰਬਰ ਡਾਇਲ ਕੀਤਾ ਉਹ ਉਂਗਲ ਦੇ ਨਾਲ ਇਵੇਂ ਡਾਇਲ ਹੁੰਦਾ ਜੀ ਬਿਲਕੁਲ ਇਸੇ ਤਰ੍ਹਾਂ ਹੀ ਮੰਨ ਗਏ ਇਸ ਗੱਲ ਨੂੰ ਮੰਨ ਗਏ ਬਿਲਕੁਲ ਸ਼ੁਕਰੀਆ ਜੀ ਨਾਜ਼ਰੀਨ ਅੱਲਾ ਹਾਫਿਜ਼